ਸਤਿ ਸ੍ਰੀ ਅਕਾਲ, ਅਦਾਬ, ਨਮਸਤੇ ਤੇ ਗੁੱਡ ਆਫਟਰਨੂਨ। ਮੈਂ ਆ ਤੁਹਾਡਾ ਦੋਸਤ ਤੇ ਹੋਸਟ ਨਿਕ ਬਾਟ, ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਦਿਲ ਦੀਆਂ ਗੱਲਾਂ। ਜਿਸ ਤਰ੍ਹਾਂ ਅਸੀਂ ਹਰ ਹਫ਼ਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਆਪਣੇ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਾਂਗੇ ਨਵੀਂ ਜਨਰੇਸ਼ਨ ਦੀਆਂ, ਗੱਲਾਂ ਕਰਾਂਗੇ ਲੋਕਲ ਬਿਜ਼ਨਸਿਸ ਦੀਆਂ, ਗੱਲਾਂ ਕਰਾਂਗੇ ਹਾਸਿਆਂ ਦੀਆਂ, ਗੱਲਾਂ ਕਰਾਂਗੇ ਐਂਟਰਟੇਨਮੈਂਟ ਦੀਆਂ, ਹੋਰ ਬਹੁਤ ਸਾਰੀਆਂ ਗੱਲਾਂ। ਸੋ ਉਸੇ ਵਾਅਦੇ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਜਿਹੜਾ ਐਪੀਸੋਡ ਲੈ ਕੇ ਆਏ ਹਾਂ ਉਹਦੇ ਵਿੱਚ ਗੱਲਾਂ ਨਵੀਂ ਜਨਰੇਸ਼ਨ ਦੀਆਂ ਹੋਣਗੀਆਂ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਅਤੇ ਅੱਜ ਦੇ ਸਾਡੇ ਚੱਲ ਰਹੇ ਇਸ ਲਾਈਵ ਸ਼ੋਅ ਦੇ ਵਿੱਚ ਤੁਸੀਂ ਆਪਣੇ ਵਿਚਾਰ, ਖਾਸ ਕਰਕੇ ਮੈਂ ਆਪਣੇ ਜਿਹੜੇ ਯੂਥ ਨੇ, ਨੌਜਵਾਨ ਨੇ, ਪੂਰੀ ਦੁਨੀਆ ਦੇ ਵਿੱਚ ਜਿਹੜੇ ਦੇਖ ਰਹੇ ਨੇ, ਕਿਉਂਕਿ ਇਹ ਸਾਡਾ ਪ੍ਰੋਗਰਾਮ ਪੂਰੀ ਦੁਨੀਆ ਦੇਖੇਗੀ, ਪੂਰੀ ਦੁਨੀਆ ਦੇਖਦੀ ਹੈ, ਤਾਂ ਉਸ ਦੇ ਵਿੱਚ ਤੁਹਾਡਾ ਕੀ ਸਹਿਯੋਗ ਹੈ ਸਾਡੇ ਕਿਸਾਨ ਮੁੱਦੇ ਨੂੰ, ਜਿਹੜੇ ਕਿ ਕਿੰਨੇ ਮਹੀਨਿਆਂ ਤੋਂ ਇਸ ਸੰਘਰਸ਼ ਦੇ ਵਿੱਚ ਜੁੜੇ ਨੇ, ਠੰਡ ਦੇ ਵਿੱਚ ਜੁੜੇ ਨੇ, ਤਾਂ ਉਹਨਾਂ ਦੇ ਨਾਲ ਤੁਹਾਨੂੰ ਕਿੰਨੀ ਤਕਲੀਫ ਆ, ਉਹ ਕਿੱਥੇ ਉਹਨਾਂ ਦੇ ਨਾਲ ਇਨਸਾਫ ਨਹੀਂ ਹੋ ਰਿਹਾ, ਕਿੱਥੇ ਹੋਣਾ ਚਾਹੀਦਾ ਵਾ, ਅਤੇ ਤੁਹਾਡਾ ਉਸ ਦੇ ਵਿੱਚ ਕੀ ਸਹਿਯੋਗ ਹੈ। ਸੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਹੈਗਾ ਵਾ, ਉਹਦੇ ਵਿੱਚ ਦਿਲ ਦੀਆਂ ਗੱਲਾਂ ਹੋਣਗੀਆਂ, ਸਾਡੇ ਦਿਲ ਦੀਆਂ ਗੱਲਾਂ, ਤੁਹਾਡੇ ਦਿਲ ਦੀਆਂ ਗੱਲਾਂ, ਅਤੇ ਸਾਡੇ ਦਿਲ ਦੇ ਵਿੱਚ ਕੀ ਜਜ਼ਬਾਤ ਨੇ ਸਾਡੇ ਕਿਸਾਨ ਭਰਾਵਾਂ ਵਾਸਤੇ, ਜਾਂ ਉੱਥੇ ਹੋ ਰਹੇ ਹੋਰ ਵੀ। ਇੱਕ ਆਪਾਂ ਗੱਲ ਕਰਦੇ ਹਾਂ ਕਿ ਇੱਕ ਪੂਰੀ ਕਮਿਊਨਿਟੀ, ਇੱਕ ਪੂਰੀ ਮਨੁੱਖਤਾ ਦੇ ਉੱਪਰ ਇਹ ਜਿਹੜਾ ਵਾ ਇੱਕ ਤਰੀਕੇ ਦਾ ਅੱਤਿਆਚਾਰ ਹੋ ਰਿਹਾ ਆ, ਤਾਂ ਉਸਦੇ ਵਿੱਚ ਸਾਡੇ ਨਾਲ ਅੱਜ ਦੋ ਨੌਜਵਾਨ ਮਹਿਮਾਨ ਸਾਡੇ ਨਾਲ ਜੁੜੇ ਨੇ, ਇੱਥੋਂ ਦੇ ਬੋਰਨ ਰੇਸਟ ਨੇ, ਅਤੇ ਉਹਨਾਂ ਨੇ ਇੱਕ ਹਿੰਮਤ ਕੀਤੀ ਆ, ਇੱਕ ਐਸਾ ਜਜ਼ਬਾ, ਇੱਕ ਐਸਾ ਕਰਾਊਡ ਨਹੀਂ ਕਹਿ ਸਕਦੇ ਹਾਂ, ਇੱਕ ਐਸਾ ਜੋਸ਼ ਭਰੀ ਟੀਮ ਜਿਹਦੇ ਵਿੱਚ ਕਿ ਨੌਜਵਾਨ ਹੋਣਗੇ, ਜਿਹੜੇ ਕਿ ਵੱਖਰੇ ਵੱਖਰੇ ਜਿੱਦਾਂ ਸਾਡਾ ਟਰਾਈ ਸਟੇਟ ਹੈਗਾ, ਟਰਾਈ ਸਟੇਟ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚੋਂ, ਜਿਹੜੇ ਕਿ ਨਿਊਜਰਸੀ, ਪੈਨਸਲਵੇਨੀਆ, ਡੈਲਵੇਅਰ, ਈਵਨ ਮੈਰੀਲੈਂਡ ਤੋਂ ਤੱਕ ਵੀ ਉਸ ਦੇ ਵਿੱਚ ਪਾਰਟੀਸਪੇਟ ਕਰਨਗੇ, ਵੱਖਰੇ ਵੱਖਰੇ ਕਾਲਜ ਲੈਵਲ, ਯੂਨੀਵਰਸਿਟੀ ਲੈਵਲ ਤੋਂ ਲੈ ਕੇ ਕਾਲਜ ਲੈਵਲ ਤੋਂ ਲੈ ਕੇ ਹਾਈ ਸਕੂਲ ਤੋਂ ਲੈ ਕੇ ਮਿਡਲ ਸਕੂਲ ਤੋਂ ਲੈ ਕੇ ਈਵਨ ਐਲੀਮੈਂਟਰੀ ਸਕੂਲ ਤੱਕ ਦੇ ਵੀ ਉਸ ਦੇ ਵਿੱਚ ਬੱਚੇ ਪਾਰਟੀਸਪੇਟ ਕਰਨਗੇ। ਜਿਹੜੀ ਰੈਲੀ ਕਿ ਇਸ ਸੈਟਰਡੇ ਨੂੰ ਫਿਲਾਡੈਲਫੀਆ ਤੋਂ ਚੱਲੇਗੀ, ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਅਤੇ ਮੈਂ ਪਹਿਲਾਂ ਸਭ ਤੋਂ ਵੈਲਕਮ ਕਰਦਾ ਵਾਂ ਰਮਨੀਤ ਸਿੰਘ, ਵੈਲਕਮ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਗੱਲਾਂ ਦੇ ਵਿੱਚ ਸਤਿ ਸ੍ਰੀ ਅਕਾਲ ਜੀ, ਅਸੀਂ ਜਸਟ ਪੰਜਾਬੀ ਤੇ ਨਿਕ ਨੂੰ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਹੈਗਾ ਸ਼ੋਅ ਵਿੱਚ, ਤੇ ਅਸੀਂ ਗੱਲ ਕਰ ਸਕਦੇ ਹਾਂ ਇਸ ਕਿਸਾਨੀ ਅੰਦੋਲਨ ਦੇ ਬਾਰੇ। ਤੁਹਾਡਾ ਬਹੁਤ ਧੰਨਵਾਦ। ਹਾਂਜੀ ਰਮਨੀਤ ਸਿੰਘ ਜੀ, ਜਿਸ ਤਰ੍ਹਾਂ ਕਿ ਫਿਲਾਡੈਲਫੀਆ ਤੋਂ ਇਹ ਰੈਲੀ ਜਿਹੜੀ ਆ ਸੈਟਰਡੇ ਨੂੰ ਹੈਗੀ ਆ, ਉਸਦੀ ਟਾਈਮਿੰਗ ਵੀ ਜ਼ਰੂਰ ਦੱਸਿਓ, ਅਤੇ ਉਸ ਦੇ ਵਿੱਚ ਇਹ ਵੀ ਜ਼ਰੂਰ ਦੱਸਿਓ ਕਿ ਇਹ ਤੁਹਾਡੇ ਦਿਲ ਦੇ ਵਿੱਚ ਜਾਂ ਇੱਕ ਯੂਥ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਜਜ਼ਬਾ ਕਿੱਥੋਂ ਆਇਆ, ਅਤੇ ਇਹ ਪ੍ਰੇਰਣਾ ਕਿੱਥੋਂ ਮਿਲੀ ਕਿ ਆਪਾਂ ਇਹ ਰੈਲੀ ਕਰੀਏ। ਹਾਂਜੀ, ਇਹ ਰੈਲੀ ਦਾ ਸਾਡਾ ਮਸਕਟ ਹੈਗਾ ਜਿਹੜਾ ਰੈਲੀ ਕਰਦੇ ਪਏ ਅਸੀਂ, ਬਿਕੋਜ਼ ਅਸੀਂ ਇੰਡੀਆ ਵਿੱਚ ਦੇਖ ਸਕਦੇ ਹਾਂ ਸਾਡੇ ਨੌਜਵਾਨ, ਸਾਡੇ ਨਾਨੇ ਦਾਦੀਆਂ ਸਾਰੀਆਂ ਹੈਗੀਆਂ ਨੇ ਉੱਥੇ ਅੰਦੋਲਨ ਵਿੱਚ ਜਿਹੜਾ ਹਿੱਸਾ ਪਾ ਰਹੇ ਨੇ। ਖਾਲੀ ਯੰਗ ਬੰਦੇ ਨਹੀਂ ਹੈਗੇ, ਖਾਲੀ ਬਜ਼ੁਰਗ ਨਹੀਂ ਹੈਗੇ, ਸਾਰੇ ਬੰਦੇ ਹੈਗੇ ਨੇ ਜਿਹੜਾ ਰੈਲੀ ਵਿੱਚ ਹਿੱਸਾ ਪਾ ਰਹੇ ਨੇ ਤੇ ਅੰਦੋਲਨ ਵਿੱਚ ਇੰਡੀਆ ਵਿੱਚ ਹਿੱਸਾ ਪਾ ਰਹੇ ਨੇ, ਤੇ ਉੱਥੇ ਉਹ ਸਾਡੀ ਇੰਸਪੀਰੇਸ਼ਨ ਆਉਂਦੀ ਹੈ, ਸਾਡਾ ਜਜ਼ਬਾ ਆਉਂਦਾ ਹੈਗਾ। ਤੇ ਅਸੀਂ ਦੇਖ ਸਕਦੇ ਹਾਂ, ਅਸੀਂ ਸਿੱਖ ਇਤਿਹਾਸ ਵਿੱਚ ਦੇਖ ਸਕਦੇ ਹਾਂ ਤਾਂ ਅਸੀਂ ਕਦੀ ਹਾਰਦੇ ਨਹੀਂ, ਅਸੀਂ ਹਰ ਵਾਰੀ ਜਿੱਤਦੇ ਹੈਗੇ ਹਾਂ, ਤੇ ਉਹਨਾਂ ਦੇ ਇੰਸਪੀਰੇਸ਼ਨ ਨਾਲ ਅਸੀਂ ਕਰ ਸਕਦੇ ਹਾਂ ਇੱਥੇ ਰੈਲੀ, ਤੇ ਇੰਡੀਆ ਦੇ ਇੰਸਪੀਰੇਸ਼ਨ ਨਾਲ ਵੀ ਉਹ ਆਉਂਦਾ ਪਿਆ, ਉਹ ਜਜ਼ਬਾ ਹੈਗਾ ਸਾਡਾ ਜੀ। ਸ਼ੁਕਰੀਆ। ਤਾਂ ਸੁਖਮਨੀ ਜੀ ਸਾਡੇ ਨਾਲ, ਦਰਸ਼ਕੋ ਦੱਸਦੀ ਹੈ ਸੁਖਮਨੀ ਵੀ ਜੁੜੇ ਨੇ। ਸੁਖਮਨੀ ਜੀ ਤੁਹਾਡਾ ਵੀ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਜਸ ਪੰਜਾਬੀ ਤੇ। ਹਾਂਜੀ, ਥੈਂਕ ਯੂ ਸਾਨੂੰ ਬੁਲਾਉਣ ਦਾ। ਹਾਂਜੀ ਸੁਖਮਨੀ, ਤੁਸੀਂ ਵੀ ਜ਼ਰੂਰ ਦੱਸੋ ਕਿ ਤੁਸੀਂ ਇਸ ਮੁੱਦੇ ਦੇ ਨਾਲ, ਜਿੱਥੇ ਜੇ ਤੁਸੀਂ ਇੰਗਲਿਸ਼ ਦੇ ਵਿੱਚ ਕੰਫਰਟੇਬਲ ਹੈਗੇ ਆ ਤਾਂ ਇਹ ਇੰਗਲਿਸ਼ ਦੇ ਵਿੱਚ ਵੀ ਦੱਸ ਸਕਦੇ ਹੋ, ਕਿਉਂਕਿ ਸਾਡੇ ਬਹੁਤ ਸਾਰੇ ਯੂਥ ਦੇਖ ਰਹੇ ਨੇ ਤੇ ਉਹ ਦੋਵੇਂ ਲੈਂਗੁਏਜ
ਵਿੱਚ ਦੇ ਵਿੱਚ ਕੰਫਰਟੇਬਲ ਹੁੰਦੇ ਨੇ, ਬਸ ਜਿੱਥੇ ਤੁਸੀਂ ਕੰਫਰਟੇਬਲ ਹੈਗੇ ਆ ਉਸ ਲੈਂਗੁਏਜ ਦੇ ਵਿੱਚ ਜੋ ਵੀ ਤੁਸੀਂ ਦੱਸਣਾ ਚਾਹੁੰਦੇ ਆ ਇਸ ਰੈਲੀ ਬਾਰੇ ਦੱਸੋ। ਸੋ ਆਪਾਂ ਇਸ ਰੈਲੀ ਆਰਗੇਨਾਈਜ਼ ਕੀਤੀ ਹੋਈ ਆ, ਜਿਹੜੇ ਯੂਥ ਹੈਗੀ ਆ ਫਿਲੀ ਤੋਂ ਤੇ ਟ੍ਰਾਈ ਸਟੇਟ ਏਰੀਆ ਤੋਂ, ਮੇਨਲੀ ਸਾਊਥ ਜਰਸੀ, ਨਿਊਯਾਰਕ ਵਾਲੇ ਤੇ ਨਿਊਜਰਸੀ ਵਾਲੇ, ਉਹ ਸਭ ਆਪਾਂ ਇਕੱਠੇ ਹੋ ਕੇ ਰਲ ਕੇ ਆਪਾਂ ਇੱਕ ਰੈਲੀ ਕਰ ਰਹੇ ਆ ਯੂਥ ਦੀ ਰੈਪ੍ਰੈਜੈਂਟੇਸ਼ਨ ਦੇ ਵਾਸਤੇ। ਅਤੇ ਬਹੁਤ ਸਾਰੀ ਰੈਲੀਆਂ ਹੋ ਚੁੱਕੀ ਆ, ਉਹ ਸਭ ਮੁੰਡੇ ਕਰਦੇ ਆ, ਤੇ ਇਹ ਰੈਲੀ ਬਹੁਤ ਜ਼ਿਆਦਾ ਕੁੜੀਆਂ ਹੈਗੀਆਂ ਔਰਗਨਾਈਜ਼ਿੰਗ ਟੀਮ ਦੇ ਵਿੱਚ। ਤੇ ਜਿਵੇਂ ਤੁਸੀਂ ਦੇਖਿਆ ਨੋਦੀਪ ਜੋ ਵੀ ਹੋ ਰਿਹਾ, ਆਪਾਂ ਵੀ ਕੁੜੀਆਂ ਨੂੰ ਸਟਰੋਂਗ ਬਣਾਉਣਾ ਹੈ ਤੇ ਉਹਨਾਂ ਨੂੰ ਵੀ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਪਾਉਣਾ ਹੈ। ਸੋ ਉਸ ਕਰਕੇ ਇਹ ਦੋ ਗੋਲ ਸੀਗੇ ਰੈਲੀ ਦੇ, ਕਿ ਆਪਾਂ ਯੂਥ ਨੂੰ ਰੈਪ੍ਰਜੈਂਟ ਕਰੀਏ, ਕਿਸਾਨ ਦੇ ਟੌਪਿਕ ਨੂੰ ਸਪਰੈਡ ਕਰੀਏ, ਅਵੇਅਰਨੈਸ ਇੱਥੇ ਅਮਰੀਕਾ ਦੇ ਵਿੱਚ, ਤੇ ਕੁੜੀਆਂ ਨੂੰ ਅੱਗੇ ਵੀ ਕਰਨਾ ਹੈ। ਜੀ ਮੈਂ ਦਰਸ਼ਕਾਂ ਨੂੰ ਇੱਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਵਾਂ ਕਿ ਇਹ ਜਿਹੜੀ ਰੈਲੀ ਹੈਗੀ ਆ, ਇਹ ਰੈਲੀ ਕਿਸੇ ਸੰਸਥਾ ਜਾਂ ਕਿਸੇ ਔਰਗਨਾਈਜੇਸ਼ਨ ਜਾਂ ਕਿਸੇ ਉਸ ਦੇ ਨਾਲ ਨਹੀਂ ਔਰਗਨਾਈਜ਼ ਕੀਤੀ ਗਈ ਆ। ਇਹ ਰੈਲੀ ਜਿਹੜੀ ਆ ਉਹ ਔਰਗਨਾਈਜ਼ ਕੀਤੀ ਗਈ ਆ ਟ੍ਰਾਈ ਸਟੇਟ ਦੇ ਯੂਥ ਦੇ ਥਰੂ, ਅਤੇ ਯੂਥ ਨੇ ਵੈਲਕਮ ਕੀਤਾ ਆ, ਇਨਵਾਈਟ ਕੀਤਾ ਆ ਇਸ ਰੈਲੀ ਦੇ ਵਿੱਚ, ਅਤੇ ਜਿਸ ਦੇ ਵਿੱਚ ਜਿਹੜੀ ਰੈਲੀ ਕਿ ਫਿਲਾਡੈਲਫੀਆ ਤੋਂ ਸ਼ੁਰੂ ਹੋਏਗੀ, ਅਪਰ ਡਰਬੀ ਫਿਲਾਡੈਲਫੀਆ ਸਿੱਖ ਸੁਸਾਇਟੀ ਜਿਹੜਾ ਟੈਂਪਲ ਹੈਗਾ ਉੱਥੋਂ ਸ਼ੁਰੂ ਹੋਵੇਗੀ, ਅਤੇ ਹੋਰ ਅੱਗੇ ਚੱਲ ਕੇ ਤੁਹਾਨੂੰ ਅਸੀਂ ਦੱਸਾਂਗੇ ਕਿ ਉਸਦੇ ਕੀ ਰੂਟ ਨੇ, ਕਿੱਧਰੋਂ ਦੀ ਜਾਏਗੀ, ਤਾਂ ਉਹਦੀ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਤਾਂ ਉਸਦੇ ਨਾਲ ਜਿਹੜੀ ਸਾਡੀ ਇੱਥੋਂ ਦੀ ਲੋਕਲ ਕਮਿਊਨਿਟੀ ਹੈਗੀ ਆ, ਲੋਕਲ ਸੰਗਤ ਹੈਗੀ ਆ, ਅਤੇ ਸਾਡੇ ਦੋ ਗੁਰੂ ਘਰ ਨੇ ਉਹ ਸਪੋਰਟ ਕਰਦੇ ਨੇ, ਪਰ ਜਿਹੜੀ ਰੈਲੀ ਆ ਉਹ ਔਰਗਨਾਈਜ਼ ਯੂਥ ਵੱਲੋਂ ਕੀਤੀ ਗਈ ਆ। ਜੀ ਸੁਖਮਨੀ। ਹਾਂਜੀ, ਯੂਥ ਨੇ ਔਰਗਨਾਈਜ਼ ਕੀਤੀ ਆ ਜੀ, ਤੇ ਆਪਾਂ ਸਭ ਮਿਲ ਕੇ ਇਕੱਠੇ ਆਪਾਂ ਗੱਲ ਕਰ ਰਹੇ ਆ ਤੇ ਔਰਗਨਾਈਜ਼ ਕਰ ਰਹੇ ਆ। ਜੀ ਜੀ ਰਮਨੀਤ ਸਿੰਘ ਜੀ, ਆਪਾਂ ਫਿਰ ਇੱਧਰ ਵਾਪਸ ਆਉਂਦੇ ਹਾਂ ਕਿ ਤੁਸੀਂ ਆਪਣੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿ ਲਾਈਕ ਉਹਨਾਂ ਨੂੰ ਤੁਸੀਂ ਇਨਵੀਟੇਸ਼ਨ ਕਿਸ ਤਰ੍ਹਾਂ ਦੇਣਾ ਚਾਹੋਗੇ ਕਿ ਜੁਆਇਨ ਕਰਨ ਇਸ ਰੈਲੀ ਨੂੰ, ਹੋਰ ਕਾਮਯਾਬ ਕਰਨ? ਹਾਂਜੀ, ਸੋ ਅਸੀਂ ਰਿਕੁਐਸਟ ਕਰਦੇ ਸਾਰੇ ਯੂਥ ਜਿਹੜੇ ਇਸ ਏਰੀਆ ਦੇ ਹੈਗੇ ਨੇ, ਵੱਧ ਤੋਂ ਵੱਧ ਹਿੱਸਾ ਪਾਵੋ, ਆ ਕੇ ਗੱਡੀਆਂ ਵਿੱਚ ਆਵੋ, ਤੇ ਗੱਡੀਆਂ ਦੇ ਬਾਹਰ ਦੇ ਵੀ ਨਿਕਲਣਾ, ਆਰਟ ਮਿਊਜ਼ੀਅਮ ਦੇ ਜਦੋਂ ਪਹੁੰਚਣਾ ਪੋਸਟਰ ਬਣਾਓ, ਤੇ ਜਿੰਨੇ ਵੀ ਲਾੜੇ ਲਾ ਸਕਦੇ ਹੋ ਕਿਸਾਨੀ ਦੇ ਬਾਰੇ ਲਾਓ, ਤੇ ਆਰਟ ਮਿਊਜ਼ੀਅਮ ਦੇ ਬਾਹਰ ਅਸੀਂ ਸਪੀਚਾਂ ਵੀ ਕਰਨੀਆਂ ਹੈਗੀਆਂ ਨੇ, ਜਿੱਥੇ ਖਾਲੀ ਇੰਡੀਅਨ ਮੀਡੀਆ ਨਹੀਂ ਹੋਏਗੀ, ਅਮੈਰੀਕਨ ਮੀਡੀਆ ਵੀ ਹੋਏਗੀ, ਬਿਕੋਜ਼ ਇਸ ਸਾਡੇ ਰੀਜ਼ਨ ਹੈਗਾ ਅਮੈਰੀਕਾ ਵਿੱਚ ਕਰਨ ਵਾਸਤੇ ਰੈਲੀਆਂ, ਸੋ ਅਮੈਰੀਕਨ ਮੀਡੀਆ ਦੇਖ ਸਕਦੀ ਹੈ, ਤੇ ਖਾਲੀ ਇੰਡੀਆ ਵਿੱਚ ਨਹੀਂ ਹੋ ਰਿਹਾ, ਇਹ ਜਿਹੜੀ ਰੈਲੀ ਹੋ ਰਹੀਆਂ ਨੇ ਹਰ ਇੱਕ ਕੋਨੇ ਦੇ ਗਲੋਬਲ ਹੈਗੀਆਂ ਨੇ ਰੈਲੀਆਂ, ਹਰ ਇੱਕ ਕੋਨੇ ਦੁਨੀਆਂ ਦੇ ਵਿੱਚ ਹੁੰਦੀ ਪਈ ਹੈ। ਸਪੇਨ ਵਿੱਚ ਵੀ ਹੋਈ ਹੈ ਰੈਲੀ, ਪਤਾ ਵੀ ਨਹੀਂ ਹੈਗਾ ਸੀ, ਸਾਡੇ ਪੰਜਾਬੀ ਵੀਰ ਭੈਣ ਸਪੇਨ ਵਿੱਚ ਵੀ ਰਹਿੰਦੇ ਨੇ, ਸੋ ਹਰ ਇੱਕ ਕੰਟਰੀ ਵਿੱਚ ਪੂਰੀ ਦੁਨੀਆਂ ਵਿੱਚ ਰੈਲੀ ਹੋ ਰਹੀ ਹੈ, ਦਿਖਾਉਣ ਵਾਸਤੇ ਪੂਰੀ ਦੁਨੀਆਂ ਨੂੰ, ਇਹ ਖਾਲੀ ਇੰਡੀਆ ਦਾ ਅੰਦੋਲਨ ਨਹੀਂ ਹੈਗਾ, ਤੇ ਪੂਰੀ ਦੁਨੀਆਂ ਦਾ ਅੰਦੋਲਨ ਹੈਗਾ, ਤੇ ਸਾਰਿਆਂ ਦੀ ਹੱਕਾਂ ਦੀ ਲੜਾਈ ਹੈਗੀ ਹੈ। ਸੋ ਅਸੀਂ ਜਾਣਾ ਚਾਹੁੰਦੇ ਹਾਂ ਜਿਹੜੇ ਯੂਥ ਹੈਗੇ ਨੇ ਅਮਰੀਕਾ ਦੇ, ਵੱਧ ਤੋਂ ਵੱਧ ਆਪਣੀ ਆਵਾਜ਼ ਉਠਾਓ, ਤੇ ਆਪਣੇ ਸੈਨੇਟਰਸ ਨਾਲ, ਆਪਣੇ ਮੇਅਰਸ ਨਾਲ ਗੱਲਾਂ ਕਰੋ, ਉਹਨਾਂ ਨੂੰ ਦੱਸੋ ਕੀ ਹੋ ਰਿਹਾ ਇੰਡੀਆ ਦੇ ਵਿੱਚ, ਕਿਉਂਕਿ ਅਸੀਂ ਆਪਾਂ ਨਹੀਂ ਦੱਸਾਂਗੇ, ਕਿਸੇ ਹੋਰ ਨੇ ਦੱਸਣਾ ਨਹੀਂ। ਕਿਵੇਂ ਅਸੀਂ ਦੇਖ ਸਕਦੇ ਹਾਂ, ਰਿਆਣਾ ਨੇ ਆਪਣੀ ਪੋਸਟ ਕੀਤੀ ਸੀ, ਇੱਕ ਪੋਸਟ ਨਾਲ ਰਿਆਣਾ ਨੇ ਪੂਰੀ ਦੁਨੀਆਂ ਨੂੰ ਉਠਾਤਾ ਉਹਨਾਂ ਨੇ, ਤੇ ਫਿਰ ਉਸ ਤੋਂ ਬਾਅਦ ਬਹੁਤ ਜਿਹੜੇ ਸੈਲੀਬ੍ਰਿਟੀਜ਼ ਕਹਿੰਦੇ ਆ ਅਮਰੀਕਾ ਵਿੱਚ, ਉਹ ਆਏ ਨੇ ਬਾਹਰ ਸਪੋਰਟ ਕਰਨ ਵਾਸਤੇ। ਫੁੱਟਬਾਲ ਪਲੇਅਰ ਜਿਹੜੇ ਹੈਗੇ ਨੇ, ਉਹਨਾਂ ਨੇ ਐਕਚੁਅਲੀ $10,000 ਉਹਨਾਂ ਨੇ ਡੋਨੇਟ ਵੀ ਕੀਤਾ ਹੈਗਾ। ਜਦੋਂ ਤੱਕ ਅਸੀਂ ਆਪਾਂ ਆਪਣੀ ਆਵਾਜ਼ ਉੱਪਰ ਨਹੀਂ ਕਰਾਂਗੇ, ਉਦੋਂ ਤੱਕ ਕਿਸੇ ਨੇ ਹੋਰ ਸਪੋਰਟ ਨਹੀਂ ਕਰਨੀ ਹੈ। ਸੋ ਯੂਥ ਦੀ ਹੈਗੀ ਹੈ ਜ਼ਿੰਮੇਵਾਰੀ, ਦੂਸਰੀ ਜਗ੍ਹਾ ਦੇ ਬੁਲਾਉਣ ਵਾਸਤੇ ਯੂਥ ਦੀ ਹੈਗੀ ਜ਼ਿੰਮੇਵਾਰੀ, ਜਿਹੜਾ ਉੱਪਰ ਕਰ ਸਕਦਾ ਆਵਾਜ਼ ਕਿਸਾਨ ਅੰਦੋਲਨ ਦੀ ਤੇ ਪੂਰੀ ਦੁਨੀਆਂ ਵਿੱਚ। ਜੀ ਜੀ ਬਹੁਤ ਵਧੀਆ ਵਿਚਾਰ ਨੇ, ਕਿਉਂਕਿ ਅੱਜ ਦਾ ਬੱਚਾ ਕੱਲ੍ਹ ਦਾ ਨੇਤਾ ਆਪਾਂ ਸੁਣਦੇ ਆਏ ਹਾਂ, ਅਤੇ ਜਿਹੜਾ ਸਾਡਾ ਯੂਥ ਹੈਗਾ ਵਾ, ਇਹ ਇੱਕ ਥੰਮ ਹੈਗਾ ਵਾ, ਇੱਕ ਬਹੁਤ ਹੀ ਸਟਰੋਂਗ ਪਹਿਲੂ ਹੈਗਾ ਵਾ ਜ਼ਿੰਦਗੀ ਦਾ, ਕਿਉਂਕਿ ਇਹ ਜਿਹੜਾ ਅੱਜ ਦਾ ਸਾਡਾ ਯੂਥ ਹੈ ਉਹ ਕੱਲ੍ਹ ਦੇ ਸੈਨੇਟਰ ਵੀ ਹੋਣਗੇ, ਉਹ ਕੱਲ੍ਹ ਦੇ ਮਿਨਿਸਟਰਸ ਵੀ ਹੋਣਗੇ, ਉਹ ਕੱਲ੍ਹ ਦੇ
ਪੋਲੀਟੀਸ਼ੀਅਨਸ ਵੀ ਹੋਣਗੇ, ਉਹ ਕੱਲ ਦੇ ਅਟਾਰਨੀ ਵੀ ਹੋਣਗੇ, ਉਹ ਕੱਲ ਦੇ ਲਾਇਰ ਵੀ ਹੋਣਗੇ, ਉਹ ਕੱਲ ਦੇ ਡਾਕਟਰਸ ਵੀ ਹੋਣਗੇ, ਤੇ ਉਸ ਦੇ ਵਿੱਚ ਜਦੋਂ ਸਾਡਾ ਯੂਥ ਜਿਹੜਾ ਇੱਥੇ ਦੀ ਐਜੂਕੇਸ਼ਨ ਲੈ ਰਿਹਾ ਆ, ਇੱਥੋਂ ਦੀ ਐਜੂਕੇਸ਼ਨ ਦੇ ਵਿੱਚੋਂ ਵੀ ਉਹਨਾਂ ਨੂੰ ਜਿੱਥੇ ਨੁਕਸ ਦਿਖ ਰਹੇ ਨੇ ਕਿ ਇੱਕ ਜਿਹੜੀ ਕਿ ਹਿੰਦੁਸਤਾਨ ਦੀ ਜਿਹੜੀ ਇਸ ਟਾਈਮ ਇੰਡੀਆ ਦੀ ਜਿਹੜੀ ਗਵਰਨਮੈਂਟ ਹੈਗੀ ਆ, ਉਹਨਾਂ ਦੇ ਜਿਹੜੇ ਆਹ ਲਾਅ ਜਿਹੜੇ ਕਾਨੂੰਨ ਜਿਹੜੇ ਪਾਸ ਕੀਤੇ ਗਏ ਨੇ, ਇਹ ਬੇਬੁਨਿਆਦ ਨੇ, ਅਤੇ ਉਸ ਦੇ ਵਿੱਚ ਪੂਰੀ ਦੁਨੀਆ ਜਿੱਥੇ ਸਹਿਯੋਗ ਦੇ ਰਹੀ ਆ, ਉੱਥੇ ਹੀ ਜਿੱਥੇ ਸਾਡਾ ਸਹਿਯੋਗ ਬਣਦਾ ਆ ਇੱਕ ਮੀਡੀਆ ਵੱਲੋਂ, ਅਤੇ ਉਸ ਦੇ ਵਿੱਚ ਜਿੱਥੇ ਸਾਡੀ ਜਿੰਨੀ ਸੇਵਾ ਹੈਗੀ ਆ, ਅਸੀਂ ਆਪਣੀ ਪੂਰੀ ਸੇਵਾ ਉਸ ਦੇ ਵਿੱਚ ਨਿਭਾ ਰਹੇ ਹਾਂ, ਅਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣੀਆਂ, ਅਤੇ ਸਾਡੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਲਾਈਵ ਕਾਲ ਕਰਕੇ ਆਪਣਾ ਵਿਚਾਰ ਜ਼ਰੂਰ ਪ੍ਰਗਟ ਕਰ ਸਕਦੇ ਹੋ। ਖਾਸ ਕਰਕੇ ਮੈਂ ਯੂਥ ਨੂੰ ਕਹਿੰਦਾ ਵਾਂ ਕਿ ਅੱਜ ਦੇ ਵਿੱਚ, ਅਤੇ ਈਵਨ ਕੋਈ ਵੀ ਕਾਲ ਕਰਕੇ ਸਾਡੇ ਯੂਥ ਨੂੰ ਹੌਸਲਾ ਅਫਜਾਈ ਵੀ ਦੇ ਸਕਦੇ ਨੇ ਕਿ ਸੈਟਰਡੇ ਦੀ ਜਿਹੜੀ ਇਹ ਰੈਲੀ ਆ ਉਹਨੂੰ ਕਾਮਯਾਬ ਬਣਾਉਣਾ ਆ, ਅਤੇ ਕਿਸ ਤਰ੍ਹਾਂ ਬਣਾਉਣਾ ਆ ਉਹ ਤੁਹਾਡੇ ਸਹਿਯੋਗ ਨਾਲ ਹੀ ਬਣਾਉਣਾ ਆ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਸੁਖਮਣੀ ਜੀ ਅਤੇ ਰਵਨੀਤ। ਵੇਲਾ ਉਹ ਚੱਲਿਆ ਬ੍ਰੇਕ ਦਾ, ਆਪਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦਰਸ਼ਕ ਤੁਸੀਂ ਕਿਤੇ ਨਾ ਜਾਇਓ, ਲੈਂਦੇ ਹਾਂ ਛੋਟੀ ਜਿਹੀ ਬ੍ਰੇਕ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਫਿਲਾਡਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ, ਅਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਯੂਥ ਦਾ ਸੰਘਰਸ਼, ਕਿਸਾਨ ਮੋਰਚੇ ਦੇ ਨਾਲ ਕੀ ਸਹਿਯੋਗ ਆ ਉਸ ਦੇ ਉੱਪਰ ਹੈ। ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਸਾਡੇ ਜਸ ਪੰਜਾਬੀ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜਾਂ ਹੋਰ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਤੁਸੀਂ ਪਾਰਟੀਸਪੇਟ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ, ਆਪਣੇ ਮੈਸੇਜ ਨੂੰ, ਕਿਸੇ ਵੀ ਚੀਜ਼ ਨੂੰ, ਤੁਹਾਡਾ ਕੋਈ ਵੀ ਈਵੈਂਟ ਹੈ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਫਿਰ info@justbroadcasting.com ਦੇ ਉੱਪਰ। ਅਤੇ ਅੱਜ ਦੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਆਪਣੇ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਥੱਲੇ ਲਿਖੇ ਨੰਬਰ ਦੇ ਉੱਪਰ ਲਾਈਵ ਕਾਲ ਕਰਕੇ, ਅਤੇ ਤੁਹਾਡੇ ਵਿਚਾਰ ਅਸੀਂ ਸੁਣਾਂਗੇ, ਤੁਹਾਡੇ ਦਿਲ ਦੀਆਂ ਹੀ ਗੱਲਾਂ ਸੁਣਾਂਗੇ। ਪਰ ਅੱਜ ਦੇ ਫਿਲਹਾਲ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਰਵਨੀਤ ਸਿੰਘ ਤਾਂ ਸੁਖਮਣੀ ਜੁੜੇ ਹੋਏ ਨੇ, ਤਾਂ ਤੁਹਾਡਾ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਹਾਂਜੀ, ਥੈਂਕ ਯੂ ਆਮ ਤੁਹਾਡਾ, ਫਿਰ ਆਮ ਦਿਲ ਦੀ ਗੱਲਾਂ ਜਸ ਪੰਜਾਬੀ ਤੇ ਆਮ ਨਿਕ ਪਾਸ ਦਾ ਆਮ ਬਹੁਤ ਧੰਨਵਾਦ ਹੈਗਾ, ਤੇ ਜਿਹੜੇ ਸਾਡੇ ਸਾਨੂੰ ਲੈ ਕੇ ਆਏ ਨੇ ਇਸ ਸ਼ੋਅ ਦੇ ਆਮ ਵਿੱਚ, ਤੇ ਹੋਰ ਆਮ ਅਵੇਅਰਨੈਸ ਬਣਾ ਸਕਦੇ ਨੇ ਇਸ ਕਿਸਾਨੀ ਅੰਦੋਲਨ ਦੇ ਬਾਰੇ, ਤੇ ਅਮਰੀਕਾ ਦੇ ਨੌਜਵਾਨ ਜਿਹੜੇ ਆਮ ਕਰਦੇ ਪਏ ਨੇ ਡਿਫਰੈਂਟ ਚੀਜ਼ਾਂ ਕਰਦੇ ਪਏ ਨੇ ਵਧਾਉਣ ਵਾਸਤੇ ਆਮ ਜਾਣਕਾਰੀ ਕਿਸਾਨੀ ਅੰਦੋਲਨ ਦੇ ਬਾਰੇ। ਜੀ ਆਪਣਾ ਰਮਨੀਤ ਜੀ, ਇੱਕ ਕਵਿਤਾ ਮੇਰੇ ਫਰੈਂਡ ਨੇ ਉਹਨਾਂ ਨੇ ਲਿਖ ਕੇ ਭੇਜੀ ਹੈ, ਉਹ ਮੈਂ ਸੁਣਾਉਣੀ ਚਾਹਾਂਗਾ ਦਰਸ਼ਕਾਂ ਨੂੰ। ਕਿਤੇ ਰੱਬ ਵਿਕ ਰਿਹਾ ਹੈ, ਕਿਤੇ ਰੱਬ ਵਿਕ ਰਿਹਾ, ਕਿਤੇ ਇਨਸਾਨ, ਕਿਤੇ ਇਮਾਨ ਵਿਕ ਰਿਹਾ, ਮਨੁੱਖ ਨੂੰ ਮਾਰਨ ਲਈ ਮੌਤ ਦਾ ਸਮਾਨ ਵਿਕ ਰਿਹਾ, ਰਾਜਾ ਬਣ ਤ੍ਰਿਸ਼ਟ ਰਾਸ਼ਟਰ ਸਾਡੇ ਸ਼ਹਿਰ 'ਚ ਆਇਆ ਏ, ਫਸਲਾਂ ਦੀ ਥਾਂ ਮੰਡੀਆਂ ਵਿੱਚ ਕਿਸਾਨ ਵਿਕ ਰਿਹਾ, ਧਰਤੀ ਮਾਂ ਦਾ ਚੀਰ ਹਰਨ ਤਾਂ ਹੀ ਕੌਰਵਾਂ ਕੀਤਾ ਏ, ਧੀਆਂ ਧਿਆਣੀਆਂ ਦਾ ਹਰ ਅਰਮਾਨ ਵਿਕ ਰਿਹਾ, ਕੌਡੀ ਕਦਰ ਕੀਮਤ ਰਹੀ ਨਾ ਸੱਚੇ ਵਫਾਦਾਰਾਂ ਦੀ, ਮਹਿੰਗੇ ਮੁੱਲ ਗੱਦਾਰ ਫਰੇਬੀ ਬੇਈਮਾਨ ਵਿਕ ਰਿਹਾ, ਲਹੂ ਭਿੱਜੀਆਂ ਗਰਦਸ਼ਾਂ ਹਰ ਪਾਸੇ ਛਾਈਆਂ ਨੇ, ਰੋਮੀ ਧਰਤੀ ਵਾਂਗੂ ਲੱਗਦਾ ਹੈ ਅਸਮਾਨ ਵਿਕ ਰਿਹਾ। ਰੋਮੀ ਬੈਂਸ ਜੀ ਨੇ ਜਿਨ੍ਹਾਂ ਦੀ ਲਿਖੀ ਹੋਈ ਕਵਿਤਾ ਆ, ਤਾਂ ਉਹ ਮੈਂ ਤੁਹਾਡੇ ਰੂਬਰੂ ਕੀਤੀ ਆ ਕਿ ਇਸ ਲਾਈਨਾਂ ਦੇ ਵਿੱਚ ਬੜੇ ਹੀ ਜਜ਼ਬਾਤ ਨੇ, ਅਤੇ ਉਸ ਜਜ਼ਬਾਤ ਇਹ ਕਵਿਤਾ ਜਿਹੜੀ ਮੈਂ ਇੱਕ ਜੋਸ਼ ਦੇਣ ਵਾਸਤੇ ਸੁਣਾਈ ਹੈ ਕਿ ਸਾਡੇ ਨੌਜਵਾਨਾਂ ਨੂੰ ਕਿ ਹੋ ਕੀ ਰਿਹਾ ਆ, ਇੱਥੇ ਹੋ ਕੀ ਰਿਹਾ ਆ, ਕਿ ਤੁਸੀਂ ਦੇਖਦੇ ਆ ਕਿ ਸਾਡੇ ਜਦੋਂ ਨੌਜਵਾਨ ਜਿਸ ਰਸਤੇ ਵੱਲ ਚੱਲ ਪੈਂਦੇ ਨੇ, ਨੌਜਵਾਨ ਜਿਹੜੀ ਲੀਹ ਨੂੰ ਫੋਲੋ ਕਰਦੇ ਨੇ, ਜਦੋਂ ਚੰਗੀ ਲੀਹ ਨੂੰ ਫੋਲੋ ਕਰਦੇ ਨੇ, ਤਾਂ ਸਾਡਾ ਜਿਹੜਾ ਸੀਨਾ ਚੌੜਾ ਹੋ ਜਾਂਦਾ ਵਾ, ਤਾਂ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਵਾ। ਅਤੇ ਮੈਂ ਸੁਖਮਨੀ ਤੁਹਾਡਾ ਸਵਾਗਤ ਕਰਦਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਹਾਂਜੀ, ਸਤਿ ਸ਼੍ਰੀ ਅਕਾਲ।
थैंक यू फॉर हैविंग अस। हाँ जी सुखमनी, आपां गल करदे आ कि नवदीप कौर बारे मैं चाहवांगा कि जिस तरह तुसी गल कीती आ, मैं चाहवांगा कि थोड़ा कि जिस तरह तुसी कहा कि आपां विल पावर जिहड़ी हैगी आ, जिदा साडियां यंग भैणां ने बेटियां ने उन्हां नूं स्ट्रोंग बनाउण वास्ते इस रैली दे विच काफ़ी सारियां बेटियां ने साडियां भैणां ने हिस्सा लैणा पार्टिसिपेट करना आ, तां उह जरूर मैसेज दो अपनियां होर भैणां नूं अपनी फ्रेंड्स नूं तां कोलीग्स। So, मैं बस कहना सी, मैं इंग्लिश विच बोल दां, बोल दो। हाँ जी हाँ जी। So as a girl, I saw a lot of the rallies. Like I've been in contact with the New York rally organizers as well as New Jersey. As I said before, oh sab munde kar rahe hain. They're organizing it. They're taking the lead. They're taking the stand. This issue, yeah, in India, farmers, it's seen even on the TV. You can see there's all men, right? There's Bibiyan too, and we need to stand up for those Bibiyan. That's why it's important for us to take leadership roles too. It's important for us to work with our brothers and sisters and create these type of events. It's not just like, oh, only guys can organize these things or only guys can stand up for this. We can also stand up for these type of causes. Saadi vi voice hegi hai is mamle de vich. Ji, ji. Taadi voice hegi, taadi support hegi hai, kyunki ਜਿੱਥੇ ਆਪਾਂ ਦੇਖਦੇ ਹਾਂ ਕਿ ਆਪਾਂ ਇਸ ਟਾਈਮ ਜੇ ਦੇਖਦੇ ਹਾਂ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਅਮਰੀਕਾ ਦੇ, ਸੋ ਸ਼ੀ ਇਜ਼ ਆਲਸੋ ਯਾ ਆਵਰ ਗਰਲ ਆਵਰ ਸਿਸਟਰ, ਅਤੇ ਉਹਦੇ ਵਿੱਚ ਕਿਤੇ ਨਾ ਕਿਤੇ ਕਿਉਂਕਿ ਜੇ ਆਪਣੇ ਅੰਦਰ ਇਹ ਜਜ਼ਬਾ ਹੋਏਗਾ, ਮੈਂ ਪਹਿਲਾਂ ਇਹੋ ਗੱਲ ਕਰਕੇ ਹਟਿਆ ਹਾਂ ਕਿ ਜੇ ਜਜ਼ਬਾ ਹੋਏਗਾ ਅਤੇ ਜਿਹੜਾ ਸਾਡਾ ਅੱਜ ਦਾ ਯੂਥ ਹੈਗਾ ਵਾ ਉਹ ਹੀ ਸਾਡੇ ਕੱਲ੍ਹ ਦੇ ਲੀਡਰ ਹੈਗੇ ਨੇ। ਜਿੱਦਾਂ ਆਪਣਾ ਇੰਡੀਅਨ ਲੈਂਗੁਏਜ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਅੱਜ ਕੇ ਬੱਚੇ ਕੱਲ੍ਹ ਕੇ ਨੇਤਾ, ਨੇਤਾ ਡਜ਼ਨਟ ਮੀਨ ਕਿ ਲੀਡਰ ਡਜ਼ਨਟ ਮੀਨਸ ਕਿ ਪੋਲੀਟਿਕਸ ਐਂਡ ਆਲ ਦੈਟ, ਲੀਡਰ ਆਲਸੋ ਮੀਨ ਸੇਵਾ ਐਂਡ ਡੂਇੰਗ ਗੁੱਡ ਵਰਕ। ਹਾਂਜੀ ਹਾਂਜੀ ਰਮਨੀ, ਹਾਂਜੀ ਮੈਂ ਬੋਲਣਾ ਚਾਹੁੰਦਾ ਇੱਕ ਆਮ ਗੱਲ, ਬੰਦੇ ਕਹਿੰਦੇ ਸੀ ਦੈਟ ਪੰਜਾਬ ਦੀ ਯੂਥ ਜਿਹੜੀ ਹੈਗੀ ਹੈ ਨਸ਼ਿਆਂ ਵਿੱਚ ਵਰਗੀ ਹੈਗੀ ਹੈ, ਪਰ ਅੱਜ ਅਸੀਂ ਦੇਖ ਸਕਦੇ ਹਾਂ ਪੂਰੀ ਦੁਨੀਆਂ ਦੇ ਅੱਗੇ ਹੈਗਾ ਦੈਟ ਅਮਰੀਕਾ ਦੇ ਖਾਲੀ ਨਹੀਂ ਪਰ ਪੂਰੇ ਦੁਨੀਆਂ ਦੇ ਯੂਥ ਹੈਗੇ ਨੇ ਜਿਹੜੇ ਕਹਿੰਦੇ ਸੀ ਇਹਨਾਂ ਨੇ ਕੁਛ ਨਹੀਂ ਕਰਨਾ, ਪੰਜਾਬ ਥੱਲੇ ਹੋ ਗਿਆ ਤੇ ਪੰਜਾਬ ਹੁਣ ਖਤਮ ਹੋ ਗਿਆ, ਪਰ ਹੁਣ ਦੇਖ ਸਕਦੇ ਹੋ ਜਿਹੜੇ ਜਿੰਨੇ ਵੀ ਯੂਥ ਹੈਗੇ ਨੇ ਉਹਨਾਂ ਦਾ ਬੈਕਗ੍ਰਾਉਂਡ ਪੰਜਾਬ ਤੋਂ ਹੈਗਾ, ਉਹਨਾਂ ਨੇ ਸਾਰਿਆਂ ਨੇ ਆਵਾਜ਼ ਉੱਪਰ ਕੀਤੀ ਹੈਗੀ ਆਪਣੀ ਤੇ ਇਸ ਕਿਸਾਨੀ ਅੰਦੋਲਨ ਦੇ ਵਾਸਤੇ ਆਮ ਹੱਕ ਮੰਗ ਰਹੇ ਨੇ। ਸੋ ਦੇਖ ਸਕਦੇ ਹਾਂ ਪੰਜਾਬ ਮਰਿਆ ਨਹੀਂ ਹੈਗਾ, ਪੰਜਾਬ ਹਲੀ ਜਿੰਦਾ ਹੈਗਾ ਤੇ ਪੰਜਾਬ ਨੇ ਉੱਪਰ ਹੀ ਜਾਈ ਜਾਣਾ ਹੈਗਾ, ਤੇ ਇਹ ਬਸ ਗਲਤ ਫਹਿਮੀ ਹੈਗੀ ਸੀ ਜਿਹੜਾ ਬੰਦਿਆਂ ਨੇ ਫੈਲਾਇਆ ਸੀ ਦਾ ਪੰਜਾਬ ਦੀ ਯੂਥ ਨੇ ਕੁਛ ਕਰਨਾ ਨਹੀਂ ਹੈਗਾ, ਪਰ ਅਸੀਂ ਦੇਖ ਸਕਦੇ ਹਾਂ ਤਾਂ ਪੰਜਾਬ ਦੀ ਯੂਥ ਤੇ ਪੂਰੀ ਇੰਡੀਆ ਦੇ ਯੂਥ ਨੇ ਕੀ ਕਿਵੇਂ ਆਪਣੇ ਆਪਣੇ ਹਿੱਸੇ ਪਾਏ ਨੇ ਇਸ ਅੰਦੋਲਨ ਵਿੱਚ। ਖਾਲੀ ਗੱਲ ਨੀ, ਗੱਲ ਕਰਨ ਦੀ ਹਿੱਸਾ ਪਾ, ਖਾਲੀ ਗੱਲ ਕਰਨ ਦੀ ਹੈਗੀ ਨੀ ਚੀਜ਼, ਜਿਵੇਂ ਵੀ ਤੁਸੀਂ ਹਿੱਸਾ ਪਾ ਸਕਦੇ ਹੋ ਇਸ ਅੰਦੋਲਨ ਵਿੱਚ, ਇਫ ਤੁਸੀਂ ਆਰਟਿਸਟ ਹੈਗੇ ਹੋ ਤੁਸੀਂ ਆਪਣੇ ਤੁਸੀਂ ਆਰਟ ਬਣਾ ਸਕਦੇ ਹੋ, ਉਹ ਵੀ ਕਹਿੰਦੇ ਨੇ ਵਨ ਪਿਕਚਰ ਸਪੀਕਸ ਮਿਲੀਅਨਸ ਆਫ ਵਰਡਸ, ਰਾਈਟ ਅਮੈਰੀਕਨ ਇੰਗਲਿਸ਼ ਵਿੱਚ ਕਹਿੰਦੇ ਨੇ। ਸੋ ਇੱਕ ਵੀ ਤਸਵੀਰ ਉਹਨਾਂ ਨੇ ਬਣਾਈ ਹੈ ਉਹ 100 ਸਪੀਚਾਂ ਵਾਂਗੂ ਸੇਮ ਹੀ ਮੁਕਾਬਲਾ ਕਰ ਸਕਦੀ ਹੈ। ਸੋ ਇਫ ਆਰਟਿਸਟ ਹੈਗੇ ਹੋ, ਇਫ ਤੁਸੀਂ ਸਿੰਗਰ ਹੈਗੇ ਹੋ, ਰੈਪਰ ਹੈਗੇ ਹੋ, ਜਿਹੜਾ ਵੀ ਜਿੰਨਾ ਵੀ ਤੁਸੀਂ ਹਿੱਸਾ ਕਰ ਸਕਦੇ ਹੋ, ਇਫ ਜਿੰਨਾ ਜਿਹੜੀ ਵੀ ਚੀਜ਼ ਕਰਦੇ ਹੈਗੇ ਹੋ, ਤੁਸੀਂ ਫੋਟੋਗ੍ਰਾਫਰ ਹੈਗੇ ਹੋ, ਤੁਸੀਂ ਆਪਣਾ ਹਿੱਸਾ ਪਾ ਸਕਦੇ ਹੋ ਇਸ ਅੰਦੋਲਨ ਵਿੱਚ। ਖਾਲੀ ਹੈਗੇ ਨੀ ਖਾਲੀ ਜਿਹੜਾ ਜਿਹੜੇ ਸਪੀਚਾਂ ਦੇ ਸਕਦੇ ਨੇ, ਜਿਹੜਾ ਵੀ ਕੰਮ ਕਰਦੇ ਹੈਗੇ ਹੋ ਤੁਸੀਂ ਉਹ ਯੂਜ਼ ਕਰਕੇ ਅੰਦੋਲਨ ਵਿੱਚ ਹਿੱਸਾ ਪਾ ਸਕਦੇ ਹੋ। ਮੈਂ ਐਡ ਕਰ ਲਾਂਗੀ ਜੋ ਰਵਨੀਤ ਕਹਿ ਰਿਹਾ ਆਰਟਿਸਟ ਦੇ ਬਾਰੇ ਤੇ ਸਿੰਗਰ ਦੇ ਬਾਰੇ, ਐਵਰੀ ਸਿੰਗਲ ਪੋਸਟ ਇਜ਼ ਮੋਰ ਫੋਰ ਦਾ ਯੂਥ ਐਂਡ ਈਵਨ ਫੋਰ ਅਡਲਟਸ, ਐਵਰੀ ਸਿੰਗਲ ਪੋਸਟ ਜੋ ਫੇਸਬੁੱਕ ਤੇ ਜਾਂਦੀ ਹੈ, ਇੰਸਟਾਗ੍ਰਾਮ ਤੇ ਜਾਂਦੀ ਹੈ, ਟਵਿੱਟਰ ਤੇ ਜਾਂਦੀ ਹੈ, ਵੀ ਆਰ ਜਸਟ ਰੇਜ਼ਿੰਗ ਅਵੇਅਰਨੈਸ, ਵੈਦਰ ਇਟ ਬੀ ਐਨ ਆਰਟ ਪੀਸ, ਵੈਦਰ ਇਟ ਬੀ ਸਮ ਪੋਅਮ, ਵੈਦਰ ਇਟ ਬੀ ਅ ਸੌਂਗ, ਵੈਦਰ ਇਟ ਬੀ ਅ ਰੈਲੀ ਵੀਡੀਓ, ਵੀ ਆਰ ਰੇਜ਼ਿੰਗ ਅਵੇਅਰਨੈਸ ਇਨ ਕਮਿਊਨਿਟੀਜ਼ ਆਊਟਸਾਈਡ ਆਫ ਆਰ ਪੰਜਾਬੀ ਕਮਿਊਨਿਟੀ. So you're helping your community. You can't come to the rally, you're scared of COVID. You're still helping your community. Spread the word, tell others to come. Kush na kush, in some way help out and help spread the word. Ji, thank you. Bahut acche vichar ne
ਤੇ ਇੱਕ ਪ੍ਰੇਰਣਾ ਵੀ ਹੈਗੀ ਆ, ਇੱਕ ਜਿੱਦਾਂ ਆਪਾਂ ਕਹਿੰਦੇ ਆ ਇਸ ਇਹ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇਹ ਲਿਖਿਆ ਜਾਏਗਾ, ਜਦੋਂ ਆਉਣ ਵਾਲੀ ਹਿਸਟਰੀ ਦੇ ਵਿੱਚ ਜਿਹੜੀਆਂ ਸਾਡੀਆਂ ਨੈਕਸਟ ਜਨਰੇਸ਼ਨਸ ਨੇ ਉਹ ਜਦੋਂ ਪੜ੍ਹਨਗੀਆਂ ਇਹ ਚੀਜ਼ਾਂ ਨੂੰ, ਕਿ ਉਸ ਸਮੇਂ ਦੇ ਵਿੱਚ ਇੱਕ ਅੰਦੋਲਨ ਹੋਇਆ ਸੀਗਾ ਜਿਸ ਦੇ ਵਿੱਚ ਪੂਰੀ ਦੁਨੀਆ ਤੋਂ ਜਿੱਥੇ ਸਾਥ ਦਿੱਤਾ ਸੀਗਾ, ਹਰ ਅੰਦੋਲਨ ਦੇ ਵਿੱਚ ਸਾਰੇ ਸਾਥ ਦਿੰਦੇ ਨੇ, ਵੱਡੇ ਪੱਧਰ 'ਤੇ ਦਿੰਦੇ ਨੇ ਜਿੱਥੇ ਲੋੜ ਹੁੰਦੀ, ਜਿਹੜੇ ਸਹੀ ਅੰਦੋਲਨ ਹੁੰਦੇ ਨੇ। ਪਰ ਇੱਕ ਜਿਹੜੀ ਤੁਸੀਂ ਮਿਸਾਲ ਕਾਇਮ ਕਰ ਰਹੇ ਹੋ ਕਿ ਜਿਹੜਾ ਸਾਡੇ ਇੱਥੋਂ ਦੇ ਜਿਹੜੇ ਅਮੈਰੀਕਾ ਦੇ ਯੂਥਸ ਨੇ ਉਹਨਾਂ ਨੇ ਜਿਹੜੀ ਐਡਾ ਵੱਡਾ ਸਲਾਘਾ ਵਾਲਾ ਲਾਈਕ ਐਪਰੀਸ਼ੀਏਟ ਕਰਨ ਵਾਲਾ ਜਿਹੜਾ ਤੁਸੀਂ ਸਟੈਪ ਲਿਆ ਆ ਉਸ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਂ, ਸਾਰੀ ਸਾਡੀ ਫੈਮਿਲੀ ਜਸ ਪਰਿਵਾਰ ਤੁਹਾਡੇ ਨਾਲ ਹੈਗਾ ਵਾ, ਤਾਂ ਹਰ ਕਿਸੇ ਨੂੰ ਮੈਂ ਚਾਹਾਂਗਾ ਕਿ ਇਸ ਚੀਜ਼ ਨੂੰ ਸ਼ੇਅਰ ਕਰਨ, ਜਿਹੜੇ ਵੀ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਲਾਈਵ ਦੇ ਵਿੱਚ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ। ਅਤੇ ਆਪਾਂ ਰਮਨੀਤ ਅਗਲੇ ਸੈਗਮੈਂਟ ਦੇ ਵਿੱਚ ਜ਼ਰੂਰ ਗੱਲ ਕਰਾਂਗੇ, ਕਿਉਂਕਿ ਸੈਟਰਡੇ ਨੂੰ ਵੈਦਰ ਦਾ ਵੀ ਥੋੜ੍ਹਾ ਲੱਗ ਰਿਹਾ ਹੈਗਾ ਵਾ, ਤਾਂ ਉਹ ਔਨ ਦੀ ਪੁਆਇੰਟ ਲਾਈਕ ਫਿਲਹਾਲ ਦਿਸ ਇਜ਼ ਫਾਈਨਲ, ਪਰ ਜੇ ਉਹਦੇ ਵਿੱਚ ਕੁਛ ਆਉਂਦਾ ਆ ਤਾਂ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਜੇ ਕੋਈ ਵੈਦਰ ਦਾ ਜਾਂ ਸਨੋ ਦਾ? ਹਾਂਜੀ, ਸੋ ਅਸੀਂ ਦੇਖਾਂਗੇ ਜਦੋਂ ਹਰ ਰੋਜ਼ ਵੈਦਰ ਚੇਂਜ ਹੁੰਦਾ ਰਹਿੰਦਾ, ਤੇ ਜਦੋਂ ਅਸੀਂ ਇਹ ਥਰਸਡੇ ਤੱਕ ਫਿਰ ਵੀ ਕਿਵੇਂ 100% ਸਨੋ ਹੋਏਗੀ, ਫਿਰ ਅਸੀਂ ਆਪਾਂ ਦੇਖਾਂਗੇ ਕੀ ਕਰਾਂਗੇ, ਪਰ ਸਾਨੂੰ ਅਸੀਂ ਦੇਖਾਂਗੇ ਕੀ ਕਿਵੇਂ ਵੈਦਰ ਹੋਏਗਾ, ਤੇ ਉਸ ਤੋਂ ਬਾਅਦ ਡਿਸੀਜਨ ਬਣਾਵਾਂਗੇ। ਇਫ ਬਹੁਤ ਸਨੋ ਆਏਗੀ ਫਿਰ ਹੋਏਗਾ ਨਹੀਂ ਇਵੈਂਟ, ਬਟ ਇਫ ਸਨੋ ਨਹੀਂ ਆਏਗੀ ਤੇ ਵੈਦਰ ਠੀਕ ਹੈਗਾ ਫਿਰ ਪੂਰੀ ਰੈਲੀ ਚਲੇਗੀ ਫਿਰ ਵੀ। ਜੀ, ਆਪਾਂ ਇੱਕ ਕਾਲਰ ਹੈਗੇ ਨੇ, ਕਾਲਰ ਲੈ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਬ੍ਰੇਕ ਦਾ ਟਾਈਮ ਹੋ ਜਾਏਗਾ, ਉਸ ਤੋਂ ਬਾਅਦ ਆਪਾਂ ਹੋਰ ਅਪਡੇਟ ਦਿੰਦੇ ਹਾਂ। ਹਾਂਜੀ, ਹੈਲੋ ਹੈਲੋ, ਕਾਲ ਹੈਂਗ ਹੋ ਗਈ ਆ, ਤਾਂ ਆਪਾਂ ਗੱਲ ਵੈਦਰ ਦੀ ਕਰ ਰਹੇ ਸੀਗੇ। ਤਾਂ ਦਰਸ਼ਕੋ, ਜੇ ਇਨ ਕੇਸ ਜਿਸ ਤਰ੍ਹਾਂ ਇਹਨਾਂ ਨੇ ਜਦੋਂ ਪਲੈਨਿੰਗ ਕੀਤੀ ਸੀ ਉਹ ਫੋਰਕਾਸਟ ਜਿਹੜੀ ਆ ਚੇਂਜ ਹੁੰਦੀ ਰਹਿੰਦੀ ਆ, ਤਾਂ ਉਹ ਜੇ ਵੈਦਰ ਦੇ ਹਿਸਾਬ ਨਾਲ ਜੇ ਕੋਈ ਵੀ ਚੇਂਜਸ ਹੋਣਗੀਆਂ ਤਾਂ ਕਾਨਫਰੰਸ ਜਿਹੜੀ ਰੈਲੀ ਹੈਗੀ ਆ, ਕਾਰ ਰੈਲੀ ਆ ਤਾਂ ਹੋਣੀ ਹੋਣੀ ਆ। ਜੇ ਕੋਈ ਵੈਦਰ ਦਾ ਕੁਛ ਹੁੰਦਾ ਆ ਤਾਂ ਅਸੀਂ ਜਿਹੜੇ ਸਾਡੇ ਯੂਥ ਨੇ ਇਹ ਅਪਡੇਟ ਕਰਦੇ ਰਹਿਣਗੇ। ਅਤੇ ਤੁਸੀਂ ਆਪਣਾ ਜਿਹੜੀ ਅਪਡੇਟ ਹੈਗੀ ਆ ਆਪਣੇ ਗਰੁੱਪਸ ਦੇ ਵਿੱਚ ਪਾਓਗੇ, ਫੇਸਬੁੱਕ ਤੇ ਪਾਓਗੇ, ਕਿੱਥੇ ਪਾਓਗੇ? ਹਾਂਜੀ, ਅਸੀਂ ਫੇਸਬੁੱਕ ਤੇ ਪਾਉਣੀ ਹੈਗੀ ਆ ਤੇ ਇੰਸਟਾਗ੍ਰਾਮ ਤੇ ਵੀ ਪਾਵਾਂਗੇ। ਇਫ ਤੁਸੀਂ ਫੋਲੋ ਕਰਨਾ ਚਾਹੋ sikhs.of.america_phl ਉਹਨੂੰ ਫੋਲੋ ਕਰ ਸਕਦੇ ਹੋ, ਉੱਥੇ ਉਹ ਮਿਲ ਸਕਦੀਆਂ ਅਪਡੇਟਸ ਤੁਹਾਨੂੰ, ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਹਰ ਕੋਨੇ ਵਿੱਚ ਫੈਲਾਉਣ ਦੀ ਮੈਸੇਜ ਇਫ ਕੁਛ ਇਵੈਂਟ ਨਾਲ ਹੋਏਗਾ। ਜੀ ਜੀ ਜੀ, ਸ਼ੁਕਰੀਆ। ਤਾਂ ਆਪਾਂ ਇਸੇ ਤਰ੍ਹਾਂ ਗੱਲਬਾਤ ਰੱਖਾਂਗੇ ਜਾਰੀ, ਫੋਨ ਆਏ ਸੀ ਆਪਾਂ ਉਹਨਾਂ ਨੂੰ ਬ੍ਰੇਕ ਤੋਂ ਬਾਅਦ ਲਵਾਂਗੇ। ਤਾਂ ਦਰਸ਼ਕੋ, ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੇ ਹੋ, ਤੇ ਸਾਡੇ ਨਾਲ ਸਾਡੇ ਅੱਜ ਦੇ ਗੈਸਟ ਨੇ ਸੁਖਮਨੀ ਤੇ ਰਮਨੀਤ, ਇਹ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਪੂਰੇ ਪ੍ਰੋਗਰਾਮ ਦੇ ਵਿੱਚ ਤੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਸੁਝਾਅ, ਆਪਣੀ ਸੁਜੈਸ਼ਨ ਜਾਂ ਬੱਚਿਆਂ ਨੂੰ, ਇਹਨਾਂ ਨੂੰ, ਯੂਥ ਨੂੰ ਹੌਸਲਾ ਅਫਜਾਈ ਦੇਣਾ ਚਾਹੁੰਦੇ ਹੋ ਤੇ ਜ਼ਰੂਰ ਥੱਲੇ ਲਿਖੇ ਨੰਬਰ ਤੇ ਕਾਲ ਕਰਿਓ। ਤੇ ਦਰਸ਼ਕੋ, ਇਸੇ ਤਰ੍ਹਾਂ ਜੁੜੇ ਰਹੋ, ਵੇੜਾ ਹੋ ਚੱਲਿਆ ਬ੍ਰੇਕ ਦਾ, ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ, ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ। ਤੁਸੀਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਇਹ ਪ੍ਰੋਗਰਾਮ ਦੇਖ ਰਹੇ ਹੋ, ਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ nik@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ। ਤੇ ਚੱਲ ਰਹੇ ਲਾਈਵ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਰਾਹੀਂ ਜ਼ਰੂਰ ਸਾਂਝੇ ਕਰ ਸਕਦੇ ਹੋ। ਤੇ ਸਾਡੇ ਨਾਲ ਇੱਕ ਕਾਲਰ ਜਿਹੜੇ ਨੇ, ਸਵਾਗਤ ਕਰਦਾ ਮੈਂ ਤੁਹਾਡਾ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ, ਰਮਨੀਤ ਜੀ ਤਾਂ ਸੁਖਮਨੀ ਜੀ ਤੁਹਾਡਾ ਦੋਵਾਂ ਦਾ। ਤੇ ਸਾਡੇ ਨਾਲ ਕਾਲਰ ਜੁੜੇ ਨੇ, ਆਪਾਂ ਕਾਲਰ ਲੈ ਲੈਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਰੱਖਾਂਗੇ ਜਾਰੀ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ,
ਸਰ ਜੀ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ? ਮੈਂ ਡਾਕਟਰ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ ਜੀ। ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਜਸ ਪੰਜਾਬੀ ਤੇ। ਹਾਂਜੀ ਮੈਂ ਦੇਖ ਰਿਹਾ ਸੀ ਪ੍ਰੋਗਰਾਮ ਜੀ। ਅਰੇ ਬੱਚਿਆਂ ਦਾ ਉਪਰਾਲਾ ਜਿਹੜਾ ਹੈ ਬਹੁਤ ਸ਼ਲਾਘਾਯੋਗ ਹੈ ਜੀ ਸਰ। ਬੱਚਿਆਂ ਨੂੰ ਇਨਵਾਲਵ ਹੋਣਾ ਚਾਹੀਦਾ ਹੈ ਕਿਉਂਕਿ ਬੱਚੇ ਜਿਹੜੇ ਹੈ ਉਹ ਹਰ ਨੇਸ਼ਨ ਦਾ ਹਰ ਵਰਗ ਦਾ ਉਹ ਉਹਨਾਂ ਦਾ ਫੇਸ ਹੁੰਦੇ ਹੈ ਜੀ। ਪਰ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਸੀ ਵੀ ਜਦੋਂ ਇਹਨਾਂ ਨੇ ਇਹ ਆਪਣੀ ਰੈਲੀ ਕਰਨੀ ਹੈ ਇਹ ਬਹੁਤ ਅੱਛੀ ਗੱਲ ਹੈ, ਪਰ ਅਗਰ ਇਹਨਾਂ ਕੋਲ ਕੋਈ ਮੈਨੂੰ ਪਤਾ ਨਹੀਂ ਸ਼ਾਇਦ ਇਹਨਾਂ ਕੋਲ ਹੋਵੇ ਵੀ, ਪਰ ਇਹਨਾਂ ਨੂੰ ਕੁਛ ਆਪਣਾ ਪ੍ਰਿੰਟਡ ਮਟੀਰੀਅਲ ਵੀ ਜਿਹੜਾ ਹੈ ਉਹ ਬੜਾ ਸਿੰਪਲ ਜਿਹਾ ਜਿਵੇਂ ਵਨ ਪੇਪਰ ਬੋਥ ਸਾਈਡਡ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ, ਔਰ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਵਿਊ ਦੇ ਨਾਲ ਸੇਲੀਅੰਟ ਪੁਆਇੰਟ ਬਣਾਉਣੇ ਚਾਹੀਦੇ ਆ ਵੀ ਇਹ ਜਿਹੜੇ ਬਿੱਲ ਹੈ ਇਹ ਫਾਰਮਰਸ ਨੂੰ ਉੱਥੇ ਕਿਵੇਂ ਹਾਰਮ ਕਰਨਗੇ, ਔਰ ਜਿਹੜੇ ਕੋਈ ਨਵੇਂ ਚੰਗੇ ਸੁਜੈਸ਼ਨਸ ਹੈ ਉਹ ਪਾਏ ਜਾਣ। ਉਹਦਾ ਕਾਰਨ ਇਹ ਹੈ ਕਿ ਜਿਹੜਾ ਇੰਡੀਆ ਮੀਡੀਆ ਹੈ ਉਹ ਮੁੜ ਮੁੜ ਕੇ ਇਹੀ ਸ਼ੋਅ ਕਰੀ ਜਾ ਰਿਹਾ ਇਹ ਠੀਕ ਹੈ ਇਹ ਠੀਕ ਹੈ। ਹੁਣ ਜਿਵੇਂ ਅੱਜ ਮੋਦੀ ਸਾਹਿਬ ਆ ਗਏ ਤੇ ਉਹ ਕਹਿਣ ਲੱਗ ਗਏ ਮੌਕੇ ਦੀ ਲੋੜ ਹੈ। ਹੁਣ ਜਿਹੜੀ ਇਹ ਮੌਕੇ ਦੀ ਲੋੜ ਹੈ ਇਹ ਯੂਥ ਬਹੁਤ ਚੰਗੀ ਤਰ੍ਹਾਂ ਸਮਝਦਾ, ਸੋ ਇਹ ਵਰਕਆਊਟ ਵੀ ਕਰ ਸਕਦੇ ਹੈ ਥੋੜ੍ਹਾ ਇਹ ਰਿਸਰਚ ਕਰਕੇ। ਇਹੋ ਜਿਹੀਆਂ ਚੀਜ਼ਾਂ ਇਹਨਾਂ ਨੂੰ ਰੈਗੂਲਰਲੀ ਪਾਉਣੀਆਂ ਚਾਹੀਦੀਆਂ, ਔਰ ਅਗਰ ਇਹ ਆਪਣੀਆਂ ਇਹਨਾਂ ਇਸ਼ੂਜ਼ ਨੂੰ ਆਪਣੇ ਲੋਕਲ ਬਾਡੀਜ਼ ਜਿਹੜੀਆਂ ਇਹਨਾਂ ਦੀਆਂ ਸਿਟੀ ਕਾਊਂਸਲ ਜਾਂ ਦੂਜੇ ਇੱਥੋਂ ਦੇ ਹੈਗੇ ਹੈ ਉਹਨਾਂ ਨੂੰ ਸਾਨੂੰ ਦੱਸਣਾ ਚਾਹੀਦਾ ਵੀ ਇਹ ਚੀਜ਼ਾਂ ਇਹ ਗਲਤ ਹੈ, ਇਸ ਕਰਕੇ ਅਸੀਂ ਸਪੋਰਟ ਕਰ ਰਹੇ ਹਾਂ ਆਪਣੇ ਫਾਰਮਰ ਦੀ। ਬਾਕੀ ਬਹੁਤ ਅੱਛਾ ਉਪਰਾਲਾ ਹੈ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਸਾਹਿਬ ਕਰਨ ਵਾਸਤੇ ਡਾਕਟਰ ਸਾਹਿਬ। ਹਾਂਜੀ ਸੁਖਮਣੀ ਤਾਂ ਰਵਨੀਤ ਸ਼ਿਕਾਗੋ ਤੋਂ ਡਾਕਟਰ ਬਾਜਵਾ ਦੀ ਕਾਲ ਸੀਗੀ, ਤੁਸੀਂ ਉਹਨਾਂ ਦੀ ਗੱਲ ਸੁਣੀ ਜੋ ਕਹਿ ਰਹੇ ਸੀਗੇ? ਸੋ ਸਾਡਾ ਹਾਂਜੀ ਅਸੀਂ ਯਾ ਵਨ ਬਾਈ ਵੀ ਹੈਵ ਅ ਬ੍ਰੋਸ਼ਰ ਰੈਡੀ ਲਾਈਕ ਪੈਂਫਲੇਟ ਰੈਡੀ ਆ ਕਿ ਆਪਾਂ ਉੱਥੇ ਪਾਸ ਆਊਟ ਕਰਾਂਗੇ ਜਿੰਨੇ ਵੀ ਬੰਦੇ ਜਿਹੜੇ ਸਾਡੇ ਕਮਿਊਨਿਟੀ ਤੋਂ ਬਾਹਰ ਆਏ ਆ, ਤੋ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਤੇ ਐਜੂਕੇਟ ਕਰ ਸਕਦੇ ਹਾਂ ਇਸ਼ੂ ਦੇ ਬਾਰੇ। ਸੋ ਪੈਂਫਲੇਟ ਤੇ ਸਭ ਲਾਜ਼ ਦੇ ਬਾਰੇ ਤੇ ਸਭ ਜੋ ਵੀ ਹੋ ਰਿਹਾ ਇੰਡੀਆ ਦੇ ਵਿੱਚ ਉਹਦੇ ਪੈਂਫਲੇਟ ਤੇ ਹੋਊਗਾ ਜੀ। ਰਮਨੀਤ ਆਪਾਂ ਕਾਲਰ ਇੱਕ ਹੋਰ ਲੈ ਲੈਨੇ ਆ ਤਾਂ ਲੈਟਸ ਸੀ ਉਹਨਾਂ ਦੇ ਕੀ ਵਿਚਾਰ ਨੇ। ਹਾਂਜੀ ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਾਸਾ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ, ਤੇ ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ? ਮੈਂ ਵਾਸਾ ਕਰਦਿਤ ਮੰਡ ਬੋਲ ਰਿਹਾ ਜੀ ਮੈਰੀਲੈਂਡ ਤੋਂ। ਹਾਂਜੀ 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 ਸਵਾਗਤ ਹੈ ਜੀ ਤੁਹਾਡਾ। ਹਾਂਜੀ ਵਾਟਸਾ, ਦੋਨੇ ਬੱਚਿਆਂ ਦਾ ਪ੍ਰੋਗਰਾਮ ਜੋ ਵਿਚਾਰ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਦੋਨਾਂ ਬੱਚਿਆਂ ਦੀ ਉਮਰ ਭਾਵੇਂ ਛੋਟੀ ਹੈ, ਵਿਚਾਰ ਬਹੁਤ ਉੱਚੇ ਹੈ ਜੀ, ਤੇ ਇਹਨਾਂ ਬੱਚਿਆਂ ਦੀ ਸੋਚ ਨੂੰ ਸਲਾਮ ਕਰਨਾ ਬਣਦਾ ਆ ਕਿ ਹਰੇਕ ਹੀ ਬੰਦੇ ਨੂੰ ਮੈਂ ਤਾਂ ਇਹ ਰਿਕੁਐਸਟ ਕਰੂੰ ਕਿ ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣਾ ਸਾਡੇ ਹੱਥ ਹੈ। ਬੱਚਿਆਂ ਦੀ ਸੋਚ ਜਿਹੜੀ ਆ ਇਹਨਾਂ ਨੂੰ ਮਜ਼ਬੂਤ ਕਰਨਾ ਸਾਡਾ ਬਲਕਿ ਯੋਗਦਾਨ ਸਾਨੂੰ ਪਾਉਣਾ ਚਾਹੀਦਾ ਇਹਨਾਂ ਦੀ ਸੋਚ ਮਜ਼ਬੂਤ ਕਰਨ ਚ ਜੀ ਜੀ ਜੀ। ਬਾਕੀ ਇੰਨੀ ਛੋਟੀ ਉਮਰ ਦੇ ਵਿੱਚ ਸਮਾਜ ਪ੍ਰਤੀ ਆਪਣੀ ਕਮਿਊਨਿਟੀ ਪ੍ਰਤੀ ਜਿੰਨੇ ਸਟਰੋਂਗ ਸੋਚ ਹੈ ਇਹਨਾਂ ਬੱਚਿਆਂ ਦੀ, ਤੇ ਇਹਨਾਂ ਦੇ ਪੇਰੈਂਟਸ ਨੂੰ ਵੀ ਵਧਾਈ ਦੇ ਪਾਤਰ ਆ ਇਹਨਾਂ ਦੇ ਪੇਰੈਂਟਸ ਵੀ ਜਿਹਨਾਂ ਨੇ ਇੰਨੀ ਚੰਗੀ ਸੋਚ ਆਪਣੇ ਬੱਚਿਆਂ ਨੂੰ ਦਿੱਤੀ ਹੈ ਜੀ। ਇਹ ਕੱਲੀ ਕਮਿਊਨਿਟੀ ਦੇ ਪ੍ਰਤੀ ਜਾਂ ਉਹਦੇ ਪ੍ਰਤੀ ਨਹੀਂ, ਇਹ ਪੂਰੇ ਵਰਲਡ ਦੇ ਪ੍ਰਤੀ ਹੈਗਾ ਵਾ ਤੇ ਪੂਰੇ ਦੇਸ਼ ਪੂਰੇ ਕੰਟਰੀ ਦੇ ਪ੍ਰਤੀ ਹੈਗਾ ਵਾ ਕਿ ਬਿਲਕੁਲ ਜੀ ਬਿਲਕੁਲ ਜੀ 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 ਸ਼ੁਕਰੀਆ ਬਹੁਤ 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 ਸ਼ੁਕਰੀਆ ਜੀ ਕਾਲ ਕਰਨਾ। ਹਾਂਜੀ ਓਕੇ ਜੀ, ਥੈਂਕ ਯੂ। ਹਾਂਜੀ ਰਮਨੀਤ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਐਪਰੀਸ਼ੀਏਟ ਕਰ ਰਹੇ ਨੇ ਤੁਹਾਨੂੰ, ਆਸ਼ੀਰਵਾਦ ਦੇ ਰਹੇ ਨੇ ਸਾਰੇ ਕਾਲ ਕਰਕੇ, ਤਾਂ ਉਸ ਦੇ ਵਿੱਚੋਂ ਇੱਕ ਦੋ ਕਾਲਾਂ ਜਿਹੜੀਆਂ ਉਹ ਮੈਂ ਹੋਲਡ 'ਤੇ ਪਾਈਆਂ ਸੀ ਪਰ ਉਹਨਾਂ ਨੇ ਵੇਟ ਨਹੀਂ ਕੀਤੀ, ਤਾਂ ਮੈਂ ਉਹਨਾਂ ਨੂੰ ਜ਼ਰੂਰ ਕਹਾਂਗਾ ਕਿ ਤੁਸੀਂ ਕਾਲ ਬੈਕ ਕਰ ਸਕਦੇ ਹੋ ਅਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਹਾਂਜੀ ਰਮਨੀਤ ਜੀ। ਹਾਂਜੀ, ਸੋ ਮੈਂ ਅੰਗਰੇਜ਼ੀ ਵਿੱਚ ਥੋੜੀ ਜਿਹੀ ਬੋਲਾਂਗਾ ਔਰ ਮੈਂ ਕੰਫਰਟੇਬਲ ਬੋਲ ਸਕਦਾ, ਬਟ ਸੋ ਦ ਆਈ ਵਾਂਟ ਟੂ ਲਾਈਕ ਹਾਉ ðiਸ ਅੰਕਲਸ ਐਂਡ ਆਂਟੀਸ ਆਰ ਕਾਲਿੰਗ ਅਸ ਫਰੋਮ ði ਯੂਨਾਈਟਿਡ ਸਟੇਟਸ, ਆਈ ਵਾਂਟ ਟੂ ਥੈਂਕ them ਦੈਟ ਦੇ ਆਰ ਕਾਲਿੰਗ ਅਸ ਐਂਡ ਦੈਟਸ ði ਥਿੰਗ ਦੈਟ ਮੇਕਸ ਆਰ ਮੇਕਸ ਅਸ ਮੋਰ ਸਟਰੋਂਗਰ ਐਂਡ ਮੋਟੀਵੇਟਸ ਅਸ ਮੋਰ ਟੂ ਗੋ ਫਾਰਦਰ ਐਂਡ ਹਾਉ ਟੂ ਬ੍ਰਿੰਗ ਅਵੇਅਰਨੈਸ ਫਾਰ ðiਸ for this protest that is happening and this movement that is happening.
So that is one way that we need the support from our parents, from our Gurdwara leaders, from all the uncles and aunties that are across the nation, across the world. We need support from them because we are the foundation for this movement to rise. We are the foundation for the next generations to come. I heard in many speeches and I heard in many speeches from abroad that the reason these uncles and aunties, these bazaars are going to this movement is because they want to show their kids that we weren't silent during this movement. That is one of the reasons people are leaving their houses for months and months, because they want to show their children that we were not quiet during this movement. So it is up to you to make the decision on also to support this movement. And in centuries to come, in years to come, people will see on how we stood up for this movement. Because now, through this movement, we have cameras, we have speeches, we have ways to communicate. All of this stuff is being documented. And in different movements in the past, we did not have the same things. We did not have access to the same things. And now this will be in history, and we will be able to report it correctly in history. Because lots of times we see in history books that a lot of things are twisted because there's not much documentation, or lots of things are biased because there's only representation from one way. Only the rich people in the back in history had cameras. But now a camera and a phone is in everyone's hands, and which is able to help us document where this movement is going, and is able to help us out in history on how it's going to be documented. जी जी थैंक यू इट्स बहुत वधिया इनफॉरमेशन है साडे को कॉलर जुड़े ने दूजी बार इन्हां दी कॉल आई है ता मैं नो लूज नहीं करना चाहुंदा सत श्री अकाल वेलकम ताडा बहुत बहुत स्वागत है साडे प्रोग्राम दिल दीआं गल्लां दे विच जस पंजाबी ते सत श्री अकाल जी हां जी तुसी कौन बोल रहे हो ते कित्थों बोल रहे हो हां जी मेरा नाम है गगन ता मैं फिलाडेल्फिया तो हां हां जी गगन हां जी वेलकम वेलकम हां जी तुसी की कहना चाहोगे ताडे friends ne sade naal ajj haanji I'll ask in English so I have two questions so what are your rules and requests you have for the attendees of the rally and how do you plan on addressing to the public during the rally how these three bills the prime minister has passed affects the farmers So one of the rules that we have during this rally, I'll also explain in English, is that we want to bring forth the Kisani movement, right? We're not in this movement to bring any other political causes or anything to the forefront, but this movement is about the farmers. As we can see that the government looks at every aspect of our events, they're definitely looking at our rallies, so we don't want them to have any doubt or anything that brings us into the negative light. We want everything to be positive, so we want this whole rally to have everything around Kisani movement. We want all the flags, we want all the posters all to be around the Kisans, because we don't want to give the government opportunity to say that, oh, we did something bad or we did something negative to bring us in the negative light. If we do everything that is positive, they have nothing to go against us on how or to discredit this movement. And we've already seen that the government has tried to discredit this movement in many ways. So we're going to go on a route where they're not going to have a reason to discredit us, because why should we give them a reason to discredit us? So we're going to go on a full Kisani movement, have all Kisan flyers, have all Kisan flags, and all Kisan representation. And on to the next question on how... I was going to add to Rameen's answer. The thing we also want to keep in mind, I'm going to speak in English, is that this movement is not just affecting the farmers in Punjab. This is affecting farmers all over India. So, this isn't just open to Punjabi people. This isn't just open to Sikh people. This is open to everybody from India. Whether you're Marathi, whether you're Telugu, whatever. Whatever type of Indian you may be, these bills are affecting farmers all over India. It's not just Punjabi. So, we are requesting that we keep this for the main cause. As Ranit said, this is for Kisans. So come out, wear your green, bring your posters, bring your flags. We really want to show like solidarity we are as a community, and that we're pushing for this, spreading the awareness about this issue.
And I can start on the second one, and then Ramit can add. We are going to be addressing the issues. We have our pamphlets ready and our brochures ready, so we're going to be handing those out to people who pass by. And then at the Rocky Steps, we're going to be having speeches and stuff that discuss the laws and the issues, and that's how we're going to deliver it to people who are there. Okay. Hanji, Gagan. Hanji. Hanji, tanu tade answer mil gaye? Hanji. Tadi koi suggestion hai? No, I think everything's good. Thank you, guys. So, are you guys joining us? Yes. Sure. Thank you. Thank you for calling. Yep. Bye. ਹਾਂਜੀ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਗਗਨ ਉਹਨਾਂ ਨੇ ਕਾਲ ਕੀਤੀ ਤਾਂ ਉਸ ਦੇ ਨਾਲ ਆਪਾਂ ਥੋੜ੍ਹੀ ਹੋਰ ਵੀ ਜਿਹੜੀ ਡਿਟੇਲਸ ਨੇ ਉਹ ਸ਼ੇਅਰ ਕਰ ਦਿੱਤੀਆਂ ਨੇ ਆਡੀਅੰਸ ਨਾਲ ਤਾਂ ਉਹ ਫਿਰ ਟਾਈਮ ਉਹ ਚੱਲਿਆ ਬ੍ਰੇਕ ਦਾ ਅਤੇ ਇਸੇ ਤਰ੍ਹਾਂ ਸਾਡੇ ਨਾਲ ਦਰਸ਼ਕੋ ਤੁਸੀਂ ਵੀ ਜੁੜੇ ਰਹੋ ਅਤੇ ਸਾਡੇ ਅੱਜ ਦੇ ਗੈਸਟ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਤਾਂ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੁੰਦੇ ਹਾਂ ਦੋ ਇਜਾਜ਼ਤ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਫਿਲਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਜਸ ਪੰਜਾਬੀ ਦੇ ਮਾਧਿਅਮ ਰਾਹੀਂ ਆਪਾਂ ਤੁਹਾਡੇ ਨਾਲ ਅੱਜ ਜੁੜੇ ਹਾਂ ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਜਾਂ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੁਹਾਡਾ ਕੋਈ ਵੀ ਈਵੈਂਟ ਹੈ ਕੋਈ ਵੀ ਪ੍ਰੋਗਰਾਮ ਹੈ ਕੋਈ ਵੀ ਈਵਨ ਕਾਨਸਰਟ ਹੈ ਕੋਈ ਬਿਜ਼ਨਸ ਹੈ ਕੋਈ ਵੀ ਚੀਜ਼ ਹੈ ਤੁਹਾਡਾ ਕੋਈ ਟੈਲੈਂਟ ਹੈਗਾ ਕੁਛ ਵੀ ਤੁਸੀਂ ਜੇ ਪੂਰੀ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਆਪਣਾ ਮੈਸੇਜ ਤਾਂ ਇੱਕੋ ਇੱਕ ਮਾਧਿਅਮ ਹੈ ਜਸ ਪੰਜਾਬੀ ਦਾ ਜਿਸ ਦੇ ਨਾਲ ਜੁੜ ਕੇ ਤੁਸੀਂ ਪੂਰੇ ਦੁਨੀਆ ਦੇ ਵਿੱਚ ਆਪਣੇ ਪੰਜਾਬੀ ਵਰਗ ਜਿਹੜਾ ਇਸ ਚੈਨਲ ਨੂੰ ਦੇਖਦੇ ਨੇ ਉਹਨਾਂ ਤੱਕ ਤੁਸੀਂ ਆਪਣਾ ਸੁਨੇਹਾ ਆਪਣਾ ਮੈਸੇਜ ਆਪਣਾ ਬਿਜ਼ਨਸ ਆਪਣਾ ਟੈਲੈਂਟ ਹਰ ਇੱਕ ਚੀਜ਼ ਪਹੁੰਚਾ ਸਕਦੇ ਹੋ ਅਤੇ ਉਸ ਦੇ ਲਈ ਤੁਹਾਨੂੰ ਸੰਪਰਕ ਕਰਨਾ ਪਵੇਗਾ ਸਾਡੇ ਨਾਲ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਅਤੇ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਿਖੇ ਨੰਬਰ ਉੱਤੇ ਕਾਲ ਕਰਕੇ ਆਪਣੇ ਸੁਝਾਅ ਦੇ ਸਕਦੇ ਹੋ ਆਪਣਾ ਪੱਖ ਰੱਖ ਸਕਦੇ ਹੋ ਅਤੇ ਸਾਡੇ ਨੌਜਵਾਨਾਂ ਨੂੰ ਹੌਸਲਾ ਵੀ ਦੇ ਸਕਦੇ ਹੋ ਸੋ ਰਮਨੀਤ ਸਵਾਗਤ ਹੈ ਤੁਹਾਡਾ ਸੁਖਮਨੀ ਤੁਹਾਡਾ ਵੀ ਸਵਾਗਤ ਹੈ ਬ੍ਰੇਕ ਤੋਂ ਬਾਅਦ ਤਾਂ ਥੈਂਕ ਯੂ ਜੀ ਹਾਂਜੀ ਰਮਨੀਤ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਇੱਕ ਮੇਰੇ ਮਾਇੰਡ ਦੇ ਵਿੱਚ ਜਦੋਂ ਕੱਲ੍ਹ ਜਿਹੜਾ ਕਿ ਸੁਪਰ ਬੋਲ ਸੀ ਹੈ ਨਾ ਉਸ ਦੇ ਵਿੱਚ ਇੱਕ ਐਡ ਜਿੱਥੇ ਐਡਵਰਟਾਈਜਮੈਂਟ ਚੱਲਦੀਆਂ ਨੇ ਇੰਨੀਆਂ ਐਕਸਪੈਂਸਿਵ ਐਂਡ ਆਲ ਦੈਟ ਉਸ ਦੇ ਵਿੱਚ ਸਾਡੇ ਕਿਸਾਨ ਮੋਰਚੇ ਦੀ ਵੀ ਐਡ ਚਲਾਈ ਗਈ ਆ ਤਾਂ ਉਸ ਦੇ ਨਾਲ ਜਿੱਥੇ ਕਦੀ ਕੋਈ ਸਾਡੇ ਕਿਸਾਨਾਂ ਨੂੰ ਕੋਈ ਟੈਰਰਿਸਟ ਕਹਿ ਦਿੰਦੇ ਨੇ ਕੋਈ ਕੁਛ ਕਹਿ ਦਿੰਦੇ ਨੇ ਤਾਂ ਕਿ ਇਹ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਅਮੈਰੀਕਨ ਸਾਡੇ ਜਿਹੜੇ ਯੂਥ ਅਮੈਰੀਕਨ ਬੋਰਨ ਨੇ ਤੁਸੀਂ ਜਿਹੜੇ ਆ ਜਿੱਥੇ ਅੱਗੇ ਵੱਧ ਕੇ ਆਏ ਆ ਉੱਥੇ ਜਿਹੜੇ ਸਾਡੇ ਇੱਥੋਂ ਦੇ ਜਿਸ ਤਰ੍ਹਾਂ ਆਪਾਂ ਰਿਹਾਨਾ ਦੀ ਗੱਲ ਕਰ ਲਈ ਹੈ ਜਾਂ ਹੋਰ ਵੀ ਜਿਹੜੇ ਕਈ ਜਿਨ੍ਹਾਂ ਨੇ ਸਪੋਰਟ ਕੀਤਾ ਜਿਸ ਤਰ੍ਹਾਂ ਕੱਲ੍ਹ ਸੁਪਰ ਬੋਲ ਨੇ ਐਡਾ ਵੱਡਾ ਮੈਚ ਆ ਸਭ ਤੋਂ ਐਕਸਪੈਂਸਿਵ ਐਡਸ ਐਂਡ ਆਲ ਦੈਟ ਉਹਦੇ 'ਚ ਚੱਲਦਾ ਆ ਉਹਨਾਂ ਨੇ ਸਾਡੇ ਕਿਸਾਨ ਮੋਰਚੇ ਨੂੰ ਸਪੋਰਟ ਕੀਤਾ ਵਾ ਉਹਦੇ ਬਾਰੇ ਵੀ ਦੱਸੋ ਤੁਸੀਂ ਉੱਥੇ ਲਾਈਕ ਕਿਉਂਕਿ ਤੁਸੀਂ ਇੱਥੋਂ ਦੇ ਬੋਰਨ ਹੈਗੇ ਆ ਤੁਸੀਂ ਇਸ ਚੀਜ਼ਾਂ ਨੂੰ ਫੋਲੋ ਕਰਦੇ ਆ ਹਾਂਜੀ ਸੋ ਜਿਹੜੀ ਸੁਪਰ ਬੋਲ ਹੈਗੀ ਹੈ ਮਿਲੀਅਨਸ ਤੇ ਮਿਲੀਅਨਸ ਬੰਦੇ ਦੇਖਦੇ ਨੇ ਤੇ ਹਰ ਸੰਡੇ ਨੂੰ ਹੁੰਦੀ ਹੈਗੀ ਹੈ ਤੇ ਕੱਲ ਨੂੰ ਹੋਈ ਸੀ ਤੇ ਅਸੀਂ ਦੇਖੀ ਸੀ ਕੈਲੀਫੋਰਨੀਆ ਵਿੱਚ ਕਿਸਾਨ ਅੰਦੋਲਨ ਦੀ ਐਡ ਚੱਲੀ ਗਈ ਸੀ ਤੇ ਸਾਨੂੰ ਮਾਣ ਹੁੰਦਾ ਹੈਗਾ ਤੇ ਜਦੋਂ ਵੀ ਅਸੀਂ ਦੇਖਦੇ ਹਾਂ ਕਿੱਥੇ ਸਿੱਖ ਹੋਵੇ ਔਰ ਸਰਦਾਰ ਹੋਵੇ ਸਾਨੂੰ ਲਾਈਕ ਬਹੁਤ ਖੁਸ਼ੀ ਹੁੰਦੀ ਹੈਗੀ ਹੈ ਤੇ ਸਾਡੀ ਵੀ ਰੈਪ੍ਰੈਜੈਂਟੇਸ਼ਨ ਹੋ ਰਹੀ ਹੈਗੀ ਹੈ ਸੋ ਕੱਲ ਨੂੰ ਜਿਹੜੀ ਐਡ ਚੱਲੀ ਸੀ ਦਿਖਾ ਰਹੀ ਸੀ ਕੀ ਹੁੰਦਾ ਪਿਆ ਇੰਡੀਆ ਵਿੱਚ ਤੇ ਕੀ ਅੰਦੋਲਨ ਨਾਲ ਹੁੰਦਾ ਪਿਆ ਤੇ ਬਹੁਤ ਮਿਲੀਅਨਸ ਤੇ ਮਿਲੀਅਨਸ ਖਾਲੀ ਪੰਜਾਬੀਆਂ ਨੇ ਨਹੀਂ ਦੇਖਿਆ ਗੋਰਿਆਂ ਨੇ ਦੇਖਿਆ ਤੇ ਅਮਰੀਕਨਾਂ ਨੇ ਦੇਖਿਆ ਐਡ ਚੱਲੀ ਸੀ ਤੇ 10 ਪੀ ਏ ਕੰਸੋਲਨ ਕਿਸਾਨ ਅੰਦੋਲਨ ਦੇ ਬਾਰੇ ਜੀ ਤਾਂ ਤੁਹਾਨੂੰ ਲੱਗਦਾ ਆ ਕਿ ਜਿਹੜਾ ਆਪਣੀ ਸੈਟਰਡੇ ਨੂੰ ਰੈਲੀ ਹੈਗੀ ਆ ਤੁਹਾਡੀ ਯੂਥ ਦੀ ਤਾਂ ਉਸ ਦੇ ਵਿੱਚ ਜਿੱਥੇ ਐਡੇ ਵੱਡੇ ਪੱਧਰ ਦੇ ਉੱਪਰ ਐਡੇ ਵੱਡੇ ਲੈਵਲ ਦੇ ਉੱਪਰ ਜਿੱਥੇ ਕਿਸਾਨ ਮੋਰਚੇ ਦੀ ਗੱਲਬਾਤ ਹੋਈ ਆ ਇੱਕ ਐਡ ਐਡ ਆਪਾਂ ਉਹਨੂੰ ਐਡ ਤੇ ਨਹੀਂ ਕਹਿ ਸਕਦੇ ਲਾਈਕ ਜਿੱਥੇ ਉਹਨਾਂ ਨੇ ਇੱਕ ਸਪੋਰਟ ਕੀਤੀ ਆ ਫਾਰਮਰਸ ਦੀ ਉਹ ਵੀਡੀਓ ਦਿਖਾ ਕੇ ਹੈ ਨਾ ਤੇ ਉਸ ਦੇ ਵਿੱਚ ਮੈਨੂੰ ਤੇ ਲੱਗਦਾ ਆ ਕਿ ਤੁਹਾਨੂੰ ਵੀ ਲੱਗਦਾ ਕਿ ਉਸ ਰੈਲੀ ਦੇ ਵਿੱਚ ਜਿੱਥੇ ਆਪਣੇ ਇੰਡੀਆ ਤੋਂ ਵੱਖਰੇ ਵੱਖਰੇ ਕਮਿਊਨਿਟੀ ਦੇ ਹੋਣਗੇ ਤਾਂਹੀਓ ਆਪਾਂ ਜਿੱਦਾਂ ਸ਼ੋਅ ਦੇ ਵਿੱਚ ਵੀ ਮਿਕਸ ਇੰਗਲਿਸ਼ ਵੀ ਪੰਜਾਬੀ ਵੀ ਜਿੱਥੇ ਜਿਸ ਤਰ੍ਹਾਂ ਵੀ ਮੈਸੇਜ ਦੇਣਾ ਚਾਹੇ ਆ ਦਿੱਤਾ ਵਾ
ਤੇ ਉੱਥੋਂ ਲੱਗਦਾ ਕਿ ਇੱਥੋਂ ਦੇ ਜਿਹੜੇ ਸਾਡੇ ਅਮਰੀਕਨ ਬਾਡੀ ਜਿਹੜੇ ਸਾਡੇ ਤੁਹਾਡੇ ਨਾਲ ਤੁਹਾਡੇ ਮੇਟਸ ਨੇ ਉਹ ਵੀ ਇਹਨੂੰ ਪਾਰਟਿਸਿਪੇਟ ਕਰਨਗੇ। ਤੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਪੋਸਟਰ ਵੀ ਅਸੀਂ ਡਿਸਪਲੇ ਕਰ ਦਿੱਤਾ ਹੈਗਾ ਵਾ ਰੈਲੀ ਦਾ, ਤਾਂ ਇਸ ਦੇ ਉੱਪਰ ਈਮੇਲ ਵੀ ਹੋਊਗੀ ਜਾਂ ਫੋਨ ਨੰਬਰ ਜੋ ਵੀ ਹੈਗਾ ਵਾ ਉਹਨੂੰ ਤੁਸੀਂ ਨੋਟ ਡਾਊਨ ਕਰ ਸਕਦੇ ਆ, ਤਾਂ ਉਸ ਦੇ ਵਿੱਚੋਂ ਤੁਸੀਂ ਆਪਣੀ ਇਨਫੋਰਮੇਸ਼ਨ ਲੈ ਸਕਦੇ ਆ। ਤੇ ਬਾਕੀ ਅਸੀਂ ਤੁਹਾਨੂੰ ਹੋਰ ਵੀ ਦਿਖਾਵਾਂਗੇ, ਮਤਲਬ ਡਿਟੇਲਸ ਦੇਵਾਂਗੇ। ਸਮਾਂ ਉਹਨਾਂ ਜ਼ਿਆਦਾ ਨਹੀਂ ਹੈਗਾ ਵਾ, ਨਾਲ ਕਾਲਰਸ ਵੀ ਲਵਾਂਗੇ ਕਿਉਂਕਿ ਉਹਨਾਂ ਦੀ ਸੁਜੈਸ਼ਨ ਇਸ ਰੈਲੀ ਵਾਸਤੇ ਬਹੁਤ ਜ਼ਰੂਰੀ ਆ, ਕਿਉਂਕਿ ਇਹ ਰੈਲੀ ਜਿਹੜੀ ਆ ਇਹ ਜਿਹੜੇ ਸਾਡੇ ਕਾਲਰਸ ਨੇ ਉਹਨਾਂ ਦੀ ਸਪੋਰਟ ਦੇ ਨਾਲ ਆ, ਅਤੇ ਉਹਨਾਂ ਦੀ ਹੀ ਹੌਸਲੇ ਅਫਜਾਈ ਦੇ ਨਾਲ ਆ, ਕਿਉਂਕਿ ਉਹ ਉਹਨਾਂ ਦੇ ਜਿਹੜੀਆਂ ਸੁਜੈਸ਼ਨ ਸਾਨੂੰ ਦਿੰਦੇ ਨੇ ਚੱਲ ਰਹੇ ਸ਼ੋਅ ਦੇ ਵਿੱਚ, ਉਸਦੇ ਨਾਲ ਕਈ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ, ਪਰ ਜਦੋਂ ਨਾਲ ਸਾਡੇ ਨਾਲ ਕਾਲਰ ਜੁੜਦੇ ਨੇ ਤਾਂ ਸਾਨੂੰ ਉਹ ਸੁਜੈਸ਼ਨ ਦਿੰਦੇ ਨੇ, ਸਾਡੇ ਯੂਥ ਤੱਕ ਉਹ ਸੁਜੈਸ਼ਨ ਪਹੁੰਚਦੀ ਆ, ਵਿੱਚ ਇੱਕ ਜ਼ਰੀਆ ਅਸੀਂ ਇੱਕ ਸੇਵਾਦਾਰ ਬਣ ਕੇ ਬੈਠੇ ਹਾਂ ਜਸ ਪੰਜਾਬੀ ਪਰਿਵਾਰ ਵੱਲੋਂ। ਸੋ ਇੱਕ ਕਾਲਰ ਨੇ ਆਪਾਂ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਬਹੁਤ ਬਹੁਤ ਤੁਹਾਡਾ ਜਸ ਪੰਜਾਬੀ ਤੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ। ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ? ਮੈਂ ਸਿਮਰਨ ਕੌਰ ਬੋਲਦੀ ਪਈ ਆ ਫਰਮ ਨਿਊ ਜਰਸੀ। ਹਾਂਜੀ ਹਾਂਜੀ ਹਾਂਜੀ, ਸਵਾਗਤ ਹੈ ਤੁਹਾਡਾ। ਤੇ ਤੁਸੀਂ ਕਿਹੜੇ ਕਾਲਜ ਚ ਜਾਂਦੇ ਹੋ? ਰਗਰ ਯੂਨੀਵਰਸਿਟੀ। ਵੈਰੀ ਗੁੱਡ। ਸੋ ਹਾਂਜੀ, ਤੁਹਾਡੀ ਕੋਈ ਕੀ ਸੁਜੈਸ਼ਨਸ ਨੇ ਸਾਡੇ ਆਪਣੇ ਫਰੈਂਡਸ ਵਾਸਤੇ ਜਾਂ ਸਾਡੇ ਯੂਥ ਵਾਸਤੇ? I heard Sukhmani talking about women empowerment and involvement, so I just... Yeah, go ahead. Hello? Hello, Hanji. Hanji, Hanji. I heard Sukhmani talking about female involvement, so I just wanted to ask her, is there anything she wants us to do or we can do to like help in the rally? Yeah, Sukhmani. Yeah, so as we said before, there's a lot of female organizers. Sade ko volunteer forum hega, te sade ko apa, we're looking for people, whether you be female, male, we're looking for people to come out and speak and educate on the issues. Specifically, I personally want to see a lot of female involvement. So if you're a girl, you're scared, you're nervous, don't be, because at the end of the day, we're just as strong as the guys are. And we can speak, we can like advocate on this topic. So if you're scared, don't be scared. Have some confidence. Like all of us girls and guys are standing behind you. All the organizers were standing behind you. We were in the position that you guys were, whatever age you may be, come out, support. We're going to be standing right next to you. We're a team. We're building a community. Yes, Malika ji. Malika? Hanji. Hanji. ਸੋ ਤੁਹਾਨੂੰ ਆਨਸਰ ਮਿਲ ਗਿਆ? ਹਾਂਜੀ, ਥੈਂਕ ਯੂ ਸੋ ਮਚ। ਹਾਂਜੀ, ਥੈਂਕ ਯੂ। ਪਲੀਜ਼ ਜੁਆਇਨ them ਔਨ ਸੈਟਰਡੇ। ਯੈਸ ਯੈਸ, ਆਈ ਵਿਲ, ਥੈਂਕ ਯੂ। ਓਕੇ, ਥੈਂਕ ਯੂ, ਥੈਂਕਸ ਫॉर ਕਾਲਿੰਗ। ਬਾਏ ਬਾਏ। ਹਲੋ ਹਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਬਹੁਤ ਬਹੁਤ ਤੁਹਾਡਾ ਜਸ ਪੰਜਾਬੀ ਤੇ। ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ? ਸ਼ਮਸ਼ੇਰ ਸਿੰਘ ਰੰਧਾਵਾ ਬੋਲਦਾ ਜੀ, ਮਲਵਾਕੀ ਤੋਂ। ਜੀ ਸਰ, ਬਹੁਤ ਬਹੁਤ ਸਵਾਗਤ। ਹਾਂਜੀ, ਮੈਂ ਵੀਰ ਜੀ ਇੱਕ ਦੇਖਿਆ ਸੀ, ਇਹਨਾਂ ਦਾ ਬੋਰਡ ਹੁਣ ਕਿਸਾਨ ਰੈਲੀ ਲਿਖਿਆ ਉਹਦੇ ਤੇ। ਹਾਂਜੀ, ਮੇਰਾ ਸੁਝਾਅ ਹੀ ਹੈ ਇੱਕ, ਤੇ ਨਾਲ ਕਿਸਾਨ ਅਬਲੀਕ ਫਾਰਮਰਸ ਰੈਲੀ ਅਗਰ ਲਿਖਿਆ ਜਾਵੇ। ਹਾਂਜੀ, ਤੇ ਅਮਰੀਕਨ ਨੂੰ ਆਪਣੇ ਆਪ ਹੀ ਪਤਾ ਲੱਗੂ ਸਾਰਿਆਂ ਨੂੰ। ਜੀ ਥੈਂਕ ਯੂ ਵੀਰ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਸੋ ਦਰਸ਼ਕਾਂ ਨੂੰ ਦੱਸ ਦੇਣਾ ਚਾਹਾਂਗੇ ਤੁਹਾਡੇ ਥਰੂ ਕਿ ਉਹ ਜਿੱਥੇ ਆਪਾਂ ਕਿਸਾਨ ਰੈਲੀ ਆ, ਤਾਂ ਉਹ ਤੁਹਾਡੇ ਕੋਲ ਜਿਹੜੇ ਸਾਈਨਸ ਨੇ, ਪੋਸਟਰਸ ਨੇ, ਜਾਂ ਜੋ ਵੀ ਤੁਸੀਂ ਕੈਰੀ ਕਰਨਾ ਆ, ਉਸ ਦੇ ਉੱਪਰ ਮੈਂਸ਼ਨ ਕੀਤਾ ਹੈ ਫਾਰਮਰ ਵਰਲਡ, ਹੈ ਨਾ? ਯਾ, ਸੋ ਜੋ ਸਟੈਂਡਰਡ ਪੋਸਟਰ ਲੋਟ ਆਫ ਪੀਪਲ ਜੋ ਲੈ ਕੇ ਆਉਂਦੇ ਆ ਰੈਲੀ, ਆਪਾਂ ਦੇਖੇ ਆ ਨਿਊ ਜਰਸੀ ਤੇ ਨਿਊਯਾਰਕ, ਬੇਸਿਕ ਹੈਗਾ ਕਿ ਜੇ ਕਿਸਾਨ ਨਹੀਂ ਹੁੰਦੇ, ਜੇ ਫਾਰਮਰ ਨਹੀਂ ਹੁੰਦੇ, ਤੁਹਾਡੇ ਪਲੇਟ ਤੇ ਰੋਟੀ ਨਹੀਂ ਆਉਣੀ, ਕਿਉਂਕਿ ਇੰਡੀਆ ਜੋ ਵੀ ਆਲ ਦਾ ਫਾਰਮਰਸ ਇਨ ਇੰਡੀਆ, the reason there's food on people's plates are because of the farmers. If the farmers aren't doing well, if they're not economically stable, then they're going to have trouble putting food and crops out. So how are people going to eat? So one of the main slogans that you'll see in the protests is no farmers, no food. Nice. Ramneet, appa tade kol aunde ha te ਗੱਲ ਆਪਾਂ ਕਰਦੇ ਹਾਂ ਕਿ ਇੱਕ ਤਾਂ ਵੈਦਰ ਬਾਰੇ ਦੱਸਣਾ ਆ, ਅਤੇ ਇੱਕ ਰੈਲੀ ਜਿੱਥੋਂ ਸ਼ੁਰੂ ਹੋਣੀ ਆ,
ਤੇ ਉਹ ਇਨ ਬਿਟਵੀਨ ਟਾਈਮਿੰਗ ਤੁਸੀਂ ਆਪਣੇ ਉਹ ਗਰੁੱਪ ਵਿੱਚ ਜਿੱਥੇ ਵੀ ਕਦੀ ਪੋਸਟ ਵੀ ਕਰ ਸਕਦੇ ਆ ਅਪਡੇਟਸ, ਤਾਂ ਉਹ ਜਿਹੜਾ ਐਡਰੈਸ ਹੈਗਾ ਵਾ ਜਾਂ ਕੋਈ ਕੰਟੈਕਟ ਨੰਬਰ ਹੈਗਾ ਜਾਂ ਤੁਹਾਡਾ ਈਮੇਲ ਹੈਗਾ ਉਹ ਜ਼ਰੂਰ ਇੱਕ ਵਾਰ ਦੇ ਦਈਏ ਦਰਸ਼ਕਾਂ ਨੂੰ, ਉਹਦੇ ਬਾਅਦ ਦੇ ਵਿੱਚ ਅੱਗੇ ਗੱਲ ਹੋਰ ਕਰੀਏ। ਹਾਂਜੀ, ਸੋ ਰੈਲੀ ਇਸ ਸੈਟਰਡੇ ਨੂੰ ਫੈਬਰੀ 13 ਨੂੰ ਹੋਣੀ ਹੈਗੀ 11 ਵਜੇ ਤੋਂ 3 ਵਜੇ ਤੱਕ ਹੈਗੀ ਹੈ, ਤੇ ਸ਼ੁਰੂ ਹੋਣੀ ਹੈਗੀ ਹੈ ਫਿਲਡਾਫੀਆ ਸਿੱਖ ਸੁਸਾਇਟੀ ਗੁਰਦੁਆਰੇ ਦੇ ਕੋਲੋਂ, ਅਪਰ ਡਾਰਬੀ ਜਿਹੜਾ ਗੁਰਦੁਆਰਾ ਹੈਗਾ ਉੱਥੇ ਸ਼ੁਰੂ ਹੋਣੀ ਹੈਗੀ ਹੈ, ਤੇ ਇੱਕ ਗੋਲ ਚੱਕਰ ਸਿਟੀ ਹਾਲ ਦੇ ਅੱਗੇ ਬਣਾ ਕੇ ਆਰਟ ਮਿਊਜ਼ੀਅਮ ਵਿੱਚ ਖਤਮ ਹੋਣੀ ਹੈਗੀ ਹੈ ਰੈਲੀ। ਸੋ 11 ਵਜੇ ਤੋਂ 3 ਵਜੇ ਤੱਕ ਹੈਗੀ ਹੈ, ਤੇ ਫਿਲਡਾਫੀਆ ਸਿੱਖ ਸੁਸਾਇਟੀ ਤੋਂ ਸ਼ੁਰੂ ਹੋਣੀ ਹੈਗੀ ਹੈ, ਤੇ ਇੱਕ ਗੋਲ ਚੱਕਰ ਸਿਟੀ ਹਾਲ ਤੋਂ ਅੱਗੇ ਉਹ ਆਰਟ ਮਿਊਜ਼ੀਅਮ ਦੇ ਪੌੜੀਆਂ ਦੇ ਖਤਮ ਹੋਣੀ ਹੈਗੀ ਹੈ ਰੈਲੀ, ਤੇ ਉੱਥੇ ਪੌੜੀਆਂ ਦੇ ਚਾਹ ਪਾਣੀ ਦਾ ਇੰਤਜ਼ਾਮ ਹੋਇਆ ਹੈਗਾ, ਤੇ ਸਪੀਚਸ ਤੇ ਹੋਰ ਚੀਜ਼ਾਂ ਵੀ ਹੋਣਗੀਆਂ ਉੱਥੇ, ਤੇ ਫੇਸ ਮਾਸਕ ਪਲੀਜ਼ ਪਾ ਕੇ ਆਉਣਾ। ਮੈਂ ਨਰਸ ਹੈਗਾ ਤੇ ਮੈਂ ਦੱਸ ਸਕਦਾ ਤੁਹਾਨੂੰ ਹਾਸਪਿਟਲ ਬਹੁਤ ਭਰੇ ਹੋਏ ਨੇ ਕੋਰੋਨਾ ਵਾਇਰਸ ਨਾਲ, ਤੇ ਮਾਸਕ ਬਹੁਤ ਜ਼ਰੂਰੀ ਹੁੰਦਾ ਹੈਗਾ ਜਦੋਂ ਵੱਡੇ ਇਵੈਂਟ ਹੁੰਦੇ ਹੈਗੇ ਨੇ। ਮੈਂ ਇੱਕ ਚੀਜ਼ ਕਹਿਣੀ ਸੀ ਨਿਪਾ ਜੀ, ਤੁਸੀਂ ਪੁੱਛ ਰਹੇ ਸੀ ਈਮੇਲ, ਜਿਹੜੇ ਬੰਦੇ ਈਮੇਲ ਕਰ ਸਕਦੇ ਆ, ਆਪਾਂ ਸੂਨ ਨਵਾਂ ਪੋਸਟਰ ਰਿਲੀਜ਼ ਕਰਾਂਗੇ ਜਿਹੜੇ ਕੰਟੈਕਟ ਡੀਟੇਲਸ ਹੈਗੇ ਆ, ਫੋਨ ਨੰਬਰ ਆਰਗੇਨਾਈਜ਼ਰ ਦੇ ਨਾਲੇ ਈਮੇਲ, ਪਰ ਹੁਣ ਤੁਸੀਂ ਜੇ ਕੁਐਸਚਨ ਹੈਗੇ ਆ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ sixofamerica.phl@gmail.com। ਇੱਕ ਵਾਰ ਫਿਰ ਰਿਪੀਟ ਕਰ ਦਿਓ, sixofamerica.phl@gmail.com। ਜੀ, ਤੇ ਮੈਂ ਦਰਸ਼ਕਾਂ ਨੂੰ ਹੋਰ ਵੀ ਦੱਸ ਸਕਦਾ ਕਿਉਂਕਿ ਅਸੀਂ ਇੱਥੇ ਲੋਕਲ ਹੈਗੇ ਹਾਂ, ਜਿਹੜਾ ਰਾਊਟ ਬਾਰੇ ਮੈਂ ਡਿਟੇਲ ਦੇ ਦੇਵਾਂ ਕਿ ਜਿੱਦਾਂ 11 ਵਜੇ ਰੈਲੀ ਜਿਹੜੀ ਸ਼ੁਰੂ ਹੋਏਗੀ ਫਿਲਾਡੈਲਫੀਆ ਸਿੱਖ ਸੁਸਾਇਟੀ ਤੋਂ ਉੱਥੇ ਦੇ ਪਾਰਕਿੰਗ ਲਾਟ ਤੋਂ ਜਿਹੜੀ ਵੀ ਜਗ੍ਹਾ ਆ ਉਸ ਦਿਨ ਤੱਕ ਦੇਖਦੇ ਹਾਂ ਕਿ ਸਨੋਅ ਕਿੰਨੀ ਹੈ ਉਸ ਚੀਜ਼ ਦਾ, ਜ਼ਰੂਰ ਕੁਛ ਨਾ ਕੁਛ ਜੇ ਹੋਇਆ ਤਾਂ ਤੁਹਾਨੂੰ ਅਪਡੇਟ ਕਰਾਵਾਂਗੇ। ਪਰ ਜਦੋਂ 11 ਵਜੇ ਰੈਲੀ ਦਾ ਟਾਈਮਿੰਗ ਹੈਗੀ ਆ, ਜਦੋਂ ਇੱਥੋਂ ਸਟਾਰਟ ਹੋਏਗੀ ਤਾਂ ਮੈਂ ਰੋਡ ਦੱਸ ਦਿੰਦਾ ਵਾਂ, ਇੱਥੋਂ ਜਦੋਂ ਨਿਕਲ ਕੇ ਬਾਹਰ ਤਾਂ ਮਾਰਕੀਟ ਸਟਰੀਟ ਜਿਹੜੀ ਹੈਗੀ ਆ, ਜਿਹੜੀ ਮਾਰਕੀਟ ਸਟਰੀਟ ਹੈਗੀ ਆ ਉਹ ਆਲ ਦਾ ਵੇ ਅਪ ਹਿੱਟ ਕਰਦੀ ਆ ਸਿਟੀ ਹਾਲ ਨੂੰ, ਤਾਂ ਉਹ ਇੱਕੋ ਸਟਰੀਟ ਹੈਗੀ ਆ ਜਦੋਂ ਆਪਾਂ ਬਾਹਰ ਨਿਕਲਣਾ ਆ, ਅਤੇ ਉਹ ਮਾਰਕੀਟ ਸਟਰੀਟ ਹੋਏਗੀ, ਮਾਰਕੀਟ ਸਟਰੀਟ ਨੂੰ ਸਿੱਧਾ ਫੋਲੋ ਕਰਨਾ ਵਾ ਤਾਂ ਉਹ ਸਿਟੀ ਹਾਲ ਨੂੰ ਹਿੱਟ ਕਰਦੀ ਆ, ਤਾਂ ਉਸ 'ਤੇ ਸਿਟੀ ਹਾਲ ਤੋਂ ਉੱਪਰ ਦੀ ਘੁੰਮ ਕੇ ਉਹ ਫਿਰ ਬੈਂਜਮਿਨ ਫਰੈਂਕਲਿਨ ਪਾਰਕਵੇ ਬਣ ਜਾਂਦਾ ਆ, ਅਤੇ ਉਹ ਜਿਹੜਾ ਬੈਂਜਮਿਨ ਫਰੈਂਕਲਿਨ ਪਾਰਕਵੇ ਹੈਗਾ ਵਾ ਉਹ ਸਿੱਧਾ ਆਰਟ ਮਿਊਜ਼ੀਅਮ ਨੂੰ ਹਿੱਟ ਕਰਦਾ ਵਾ। ਸੋ ਬਿਲਕੁਲ ਸਟ੍ਰੇਟ ਰਾਊਟ ਹੈਗਾ ਵਾ, ਜੇ ਤੁਸੀਂ ਲੇਟ ਵੀ ਹੋ ਜਾਂਦੇ ਆ, ਮਿਸ ਵੀ ਹੋ ਜਾਂਦੇ ਆ, ਬਾਅਦ ਦੇ ਵਿੱਚ ਜੁਆਇਨ ਕਰਦੇ ਹਾਂ ਤਾਂ ਮਾਰਕੀਟ ਸਟਰੀਟ ਦੇ ਉੱਪਰ ਤੁਸੀਂ ਕਿਤੇ ਵੀ ਜੁਆਇਨ ਕਰ ਸਕਦੇ ਹਾਂ। ਅਤੇ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋਗੇ? ਆਪਣਾ ਸਮਾਂ ਇੰਨਾ ਹੀ ਸੀਗਾ। ਹਾਂਜੀ, ਅਸੀਂ ਬਹੁਤ ਸ਼ੁਕਰਗੁਜ਼ਾਰ ਹੈਗੇ ਹਾਂ 10 ਪੰਜਾਬੀ ਦੇ ਅਤੇ ਨਿਕ ਬਾਰਸ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈਗਾ ਇਸ ਸਿੱਖ ਯੂਥ ਅਤੇ ਪੰਜਾਬੀ ਯੂਥ ਨੂੰ ਅੱਗੇ ਵਧਾਉਣ ਵਾਸਤੇ ਅਮਰੀਕਾ ਦੇ, ਅਤੇ ਇਸ ਇਵੈਂਟ ਦੇ ਬਾਰੇ ਗੱਲ ਕਰਨ ਵਾਸਤੇ। ਸੋ ਵੱਧ ਤੋਂ ਵੱਧ ਸਪੋਰਟ ਕਰਨਾ, ਸਾਰੇ ਵਟਸਐਪ ਮੈਸੇਜਿਸ ਵਿੱਚ ਸ਼ੇਅਰ ਕਰਨਾ ਫਲਾਇਰ ਵੱਧ ਤੋਂ ਵੱਧ, ਅਤੇ ਇਸ ਸੈਟਰਡੇ ਨੂੰ ਬਾਹਰ ਆ ਕੇ ਦੱਸਣਾ ਸਾਰਿਆਂ ਨੂੰ, ਪੂਰੀ ਫਿਲਦਾਫੀਆ ਨੂੰ ਦੱਸਣਾ ਕੀ ਕਿਸਾਨੀ ਅੰਦੋਲਨ ਹੈਗਾ ਅਤੇ ਦਿਖਾਉਣਾ ਸਾਰਿਆਂ ਨੂੰ। ਥੈਂਕ ਯੂ ਰਮਨੀਤ। ਸੁਖਮਨੀ, ਤੁਸੀਂ ਕੁਛ ਜਾਂਦੇ ਜਾਂਦੇ ਕਹਿਣਾ ਚਾਹੋਗੇ? ਹਾਂਜੀ, ਮੈਂ ਕਹਿਣਾ ਸੀ ਕਿ ਐਜ਼ ਰਮਨੀਤ ਸੈਡ, ਆਈ ਐਮ ਗੋਇੰਗ ਟੂ ਸੇ ਇਟ ਇਨ ਇੰਗਲਿਸ਼, ਐਵਰੀਵਨ ਮੇਕ ਸ਼ੂਰ ਯੂ ਕਮ ਆਊਟ ਐਂਡ ਸਪੋਰਟ, ਲੈਟਸ ਮੇਕ ਐਵਰੀਬਡੀ ਇਨ ਫਿਲਡਲਫੀਆ ਅਵੇਅਰ ਆਫ ਦ ਇਸ਼ੂਜ਼ ਦੈਟ ਆਰ ਗੋਇੰਗ ਔਨ ਵਿਦ ਦ ਕਿਸਾਨਸ, ਐਂਡ ਵੈਦਰ ਯੂ ਆਰ ਗਰਲ, ਵੈਦਰ ਯੂ ਆਰ ਗਾਈ, ਵੈਦਰ ਯੂ ਆਰ ਯੂਥ, ਵੈਦਰ ਯੂ ਆਰ ਐਲਡਰਲੀ, ਲੈਟਸ ਆਲ ਕਮ ਆਊਟ ਐਂਡ ਸਪੋਰਟ ਐਂਡ ਲੈਟਸ ਸਪਰੈਡ ਅਵੇਅਰਨੈਸ ਐਂਡ ਲੈਟਸ ਸਪਰੈਡ ਦ ਵਰਡ, ਸੋ ਪਲੀਜ਼ ਕਮ ਆਊਟ। ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ। ਤਾਂ ਬਹੁਤ ਸਾਰੀਆਂ ਬੈਸਟ ਵਿਸ਼ਿਜ਼, ਅਤੇ ਸਾਡੇ ਵੱਲੋਂ ਪੂਰਾ ਸਹਿਯੋਗ ਤੁਹਾਨੂੰ ਹੈਗਾ ਆ ਇਸ ਪਰੇਡ ਦੇ ਵਿੱਚ, ਜਿੱਥੋਂ ਤੱਕ ਵੀ ਜਿੰਨਾ ਵੀ ਅਸੀਂ ਤੁਹਾਡਾ ਸਹਿਯੋਗ ਕਰ ਸਕਾਂਗੇ ਇਸ ਰੈਲੀ ਦੇ ਵਿੱਚ ਕਰਾਂਗੇ, ਕਿਉਂਕਿ ਸਾਡਾ ਵੀ ਫਰਜ਼ ਬਣਦਾ ਆ ਜਿੱਥੇ ਆਪਾਂ ਗੱਲ ਕਰਦੇ ਹਾਂ ਆਪਣੇ ਕਿਸਾਨ ਭੈਣ ਭਰਾਵਾਂ ਦੀ, ਉੱਥੇ ਹੀ ਆਪਾਂ ਜਿਹੜੇ ਕੰਟਰੀ 'ਚੋਂ ਆਪਾਂ ਆਏ ਹਾਂ ਇੰਡੀਆ 'ਚੋਂ, ਉਸ ਦੇ ਇਕੱਲੇ ਇਕੱਲੇ ਮਜ਼ਦੂਰ, ਇਕੱਲੇ ਇਕੱਲੇ ਕਿਸਾਨ ਦੀ ਗੱਲ ਹੈ, ਅਤੇ ਜਿਸ ਦੇ ਵਿੱਚ ਜਿਹੜਾ ਤੁਸੀਂ ਅੱਜ ਇਹ ਉਪਰਾਲਾ ਕੀਤਾ ਆ, ਇਸ ਚੀਜ਼ ਨੂੰ ਆਪਾਂ ਕਾਮਯਾਬ ਕਰਨਾ ਵਾ ਅਤੇ ਕਰਾਂਗੇ,
ਤੇ ਉਸ ਦੇ ਨਾਲ ਇਸ ਚੀਜ਼ ਨੂੰ ਦੇਖ ਕੇ ਇੱਕ ਆਪਾਂ ਪੂਰੇ ਵਰਲਡ ਦੇ ਉੱਪਰ ਇੱਕ ਮੈਸੇਜ ਵੀ ਦੇ ਪਹੁੰਚ ਜਾਏਗਾ ਕਿਉਂਕਿ ਜਿਸ ਤਰ੍ਹਾਂ ਅੱਜ ਦੀ ਜਿਹੜੀ ਗੱਲਬਾਤ ਹੈਗੀ ਆ ਇਹ ਤੇ ਜਿਸ ਤਰ੍ਹਾਂ ਤੁਸੀਂ ਸੁਖਮਣੀ ਗੱਲ ਕਰ ਰਹੇ ਸੀਗੇ ਕਿ ਆਪਾਂ ਫਿਲਾਡੈਲਫੀਆ ਨੂੰ ਦੱਸਣਾ ਚਾਹੁੰਦੇ ਹਾਂ ਪੈਨਸਲ ਦੱਸਣਾ ਚਾਹੁੰਦੇ ਹਾਂ ਆਪਾਂ ਪੂਰੇ ਵਰਲਡ ਨੂੰ ਦੱਸਣਾ ਚਾਹੁੰਦੇ ਹਾਂ ਸੋ ਇਹ ਮੈਸੇਜ ਜਿਹੜਾ ਹੈਗਾ ਪੂਰੇ ਵਰਲਡ ਤੱਕ ਜਾਏਗਾ ਜਿਹੜੀ ਸਾਡੀ ਰੈਲੀ ਆ ਉਹ ਵੀ ਪੂਰੇ ਵਰਲਡ ਤੱਕ ਜਾਏਗੀ ਅਤੇ ਸਾਡੀ ਆਵਾਜ਼ ਸਾਡੇ ਕਿਸਾਨਾਂ ਦੀ ਆਵਾਜ਼ ਸਾਡੇ ਯੂਥ ਦੀ ਜ਼ਬਾਨੀ ਪੂਰੀ ਦੁਨੀਆ ਤੱਕ ਜਾਏਗੀ ਇੱਕ ਕਾਲਰ ਹੋਰ ਆ ਰਹੇ ਨੇ ਪਰ ਸਾਡੇ ਕੋਲ ਸਮਾਂ ਨਹੀਂ ਹੈਗਾ ਵਾ ਅਤੇ ਮਾਫ਼ੀ ਚਾਹਵਾਂਗੇ ਉਹਨਾਂ ਕੋਲੋਂ ਅਤੇ ਦਰਸ਼ਕੋ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਫਿਰ ਜਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ nick@justbroadcasting.com ਦੇ ਉੱਪਰ ਜਾਂ ਫਿਰ info@justbroadcasting.com ਦੇ ਉੱਪਰ ਅਤੇ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਹੁਣ ਹੋਰ ਕਾਲਾਂ ਨਹੀਂ ਲੈ ਸਕਦੇ ਹਾਂ ਅਤੇ ਦੋ ਦੁਆਵਾਂ ਇਹਨਾਂ ਬੱਚਿਆਂ ਨੂੰ ਸਾਡੇ ਯੂਥ ਨੂੰ ਸਾਡੇ ਅਮੈਰੀਕਾ ਦੇ ਯੂਥ ਨੂੰ ਪੂਰੀ ਦੁਨੀਆ ਦੇ ਯੂਥ ਨੂੰ ਕਿ ਉਹਨਾਂ ਦੇ ਅੰਦਰ ਵੀ ਹਿੰਮਤ ਵਧੇ ਹੌਸਲਾ ਵਧੇ ਅਤੇ ਇੱਦਾਂ ਦੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਹੋਰ ਵੀ ਵਧੀਆ ਕੰਮ ਕਰਨ ਅਤੇ ਅੱਜ ਦੇ ਲਈ ਇੰਨਾ ਹੀ ਕਾਫੀ ਹੈ ਦੋ ਇਜਾਜ਼ਤ ਰੱਬ ਰਾਖਾ।